ਭਾਂਡੇ ਜੇ ਤਾਂ ਨਾ ਫੇਰ ਹੀ ਮਾਂਜਦੀਆਂ। ਪਹਿਲਾਂ ਝਾੜੂ ਕੱਢਦਾ, ਕੋਈ ਭੈਣ ਭਾਈ ਆ ਜਾਂਦਾ ਗਾ, ਸੋਹਣਾ ਲੱਗਦਾ ਸੁੰਬਰਿਆ ਸੋਹਰਿਆ, ਪਤਾ ਹੀ ਨੀ ਕੌਣ ਆ ਜੇ। ਇੱਕ ਹਨੇਰੀ ਜਿਹਨੇ ਤਪਾ ਰੱਖਿਆ, ਦੇਸਾਂ ਦਾ ਹੋ ਜਾਂਦਾ ਰੇਤਾ ਰਾਵਾ ਜਾ। ਆ ਜਿੰਨਾ ਚਿਰ ਨਾ ਤੂੜੀਆਂ ਕਰਦੇ ਨੇ ਉਹਨਾਂ ਚਿਰ ਤਾਂ ਇੰਨਾ ਹੀ ਆਊਗਾ ਕੂੜਾ ਕਾੜਾ, ਕਿਉਂ ਗਰਦ ਗੁਰਦ ਆਈ ਜਾਂਦੀ ਆ। ਆਹੀ ਸਿਆਪਾ ਹੁੰਦਾ ਘਰ। ਅਮਨਾ ਹਾਂ ਬੇਬੇ ਆ ਜਾ, ਲੇਟ ਕਰਦਾ ਪੁੱਤ ਕੰਮ। ਕੀ ਕਰਾਂ ਬੇਬੇ, ਕੱਲੀ ਜਾਣੀ ਆ। ਬਹਿ ਜਾ ਬੇਬੇ। ਤੇ ਚਾਚਾ ਕਿੱਧਰ ਗਿਆ? ਚਾਚਾ ਤਾਂ ਮੇਰਾ ਨਾ ਕੀ ਦੱਸਾਂ, ਉਹ ਤਾਂ ਘਰੇ ਟਿਕਦਾ ਹੀ ਨੀ, ਉਹ ਤਾਂ ਹੀ ਤੁਰਿਆ ਫਿਰਦਾ ਰਹਿੰਦਾ ਸੈਰ ਸਪਾਟੇ ਕਰਦਾ। ਅੱਛਾ, ਪਹਿਲਾਂ ਤਾਂ ਆਪਦੀ ਭੈਣ ਕੋਲੇ ਵਗ ਗਿਆ, ਭੂਆ ਕੋਲੇ ਸਾਡੀ ਕੋਲੇ, ਹਾਂ ਹੁਣ ਬੇਅੰਤ ਕੋਲੇ ਵਗ ਗਿਆ। ਮੈਂ ਕੋਈ ਵੋਟਾਂ ਵੋਟਾਂ ਦਾ ਕੀ ਮਸਲਾ ਹੋ ਗਿਆ? ਵੋਟਾਂ ਦੇਖਦੇ ਆ ਬੇਬੇ, ਵੋਟਾਂ ਦਾ ਪਾਓ ਪੁੱਤ। ਕੋਈ ਗੱਲ ਨੀ, ਪਾਵਾਂਗੇ, ਕਿਹਨੂੰ ਪਾਈਏ? ਬੱਲੇ ਨੂੰ ਪਾ ਦਿਓ ਪੁੱਤ ਵੋਟਾਂ, ਨਾ ਤਾਂ ਸੁਣੋ ਮੈਂ ਪੈਸੇ ਕੁਛ ਪਾ ਤੂੰ ਪਾ ਦੂੰ, ਕਿਸੇ ਕੋਲੋਂ ਗੱਲ ਨਾ ਕਰਿਓ, ਤੇ ਨਾਲ ਜਿਹੜਾ ਮੁੰਡਾ ਕਰਨਾ ਉਹ ਮੈਂ ਕਰਾਂ। ਚੱਲ ਕੋਈ ਗੱਲ ਨੀ ਬੇਬੇ, ਬਾਕੀ ਰਾਏ ਕਰ ਲਾਂਗੇ, ਬਾਕੀ ਸਾਨੂੰ ਕਿਹੜਾ ਨਾ ਬੱਲਾ ਕੋਈ ਬਚਾ ਬਗਾਨਾ, ਉਹਨੂੰ ਪਾ ਲਾਂਗੇ ਫਿਰ ਕਿੱਡੀ ਕੁ ਗੱਲ ਆ ਗਈ ਨਾ। ਆਪਣੇ ਸਲੀਕੇ ਦਾ ਕੰਮ ਆ ਪੁੱਤ। ਬਾਕੀ ਨਾ ਅੱਜ ਕੱਲ ਤਾਂ ਅਗਲਾ ਵੋਟਾਂ ਲੈ ਕੇ ਨਾ 20 ਮਾਰਦਾ ਥੱਲੇ, ਕੰਮ ਕੋਈ ਕਰਾਉਂਦਾ ਨੀ। ਪਹਿਲਾਂ ਬਥੇਰੇ ਉਹ ਕਰਦੇ ਨੇ, ਕਹਿੰਦੇ ਨੇ ਅਸੀਂ ਆਹ ਕਰਵਾ ਦਾਂਗੇ ਆਹ ਕਰਵਾ ਦਾਂਗੇ। ਨਾ ਪੁੱਤ, ਵੋਟਾਂ ਜੇ ਮੈਂ ਦਵਾਉਂਗੀ ਵੋਟਾਂ, ਮੈਂ ਕੰਮ ਕਰਾਉਂ, ਮੈਂ ਬੈਠੀ ਆ ਵਿਚਾਲੇ। ਚਲ ਉਹ ਤਾਂ ਬੇਬੇ ਤੇਰੀ ਠੀਕ ਆ ਗੱਲ, ਕੋਈ ਗੱਲ ਨੀ, ਨਾਲੇ ਤਾਂ ਚਾਚਾ ਆਜੂਗਾ, ਤੇ ਬਾਕੀ ਰਣਜੀਤ ਘਰੇ ਨੀ ਹੈਗਾ, ਉਹ ਆਜੂਗਾ, ਰਾਏ ਕਰਕੇ ਦੱਸ ਦਾਂਗੇ ਹਨਾ। ਰਾਏ ਲੈ ਪੁੱਤ, ਬਸ ਕਹਿਦੀ ਰਣਜੀਤ ਨੂੰ, ਕਹਿਦੀ ਨਹੀਂ ਤਾਂ ਚਾਚੇ ਨੂੰ, ਕਹਿਦੀ ਉਹ ਵੀ ਨੀ ਘਰੇ ਖੜਦਾ। ਹੋਰ ਚਾਹ ਬਣਾਵਾਂ ਬੇਬੇ? ਬਸ ਪੁੱਤ ਪੀ ਕੇ ਆਈਆਂ ਮੈਂ ਤਾਂ। ਤੂੰ ਨਿਬੇੜੇ ਹੀ ਕੰਮ? ਮੈਂ ਤਾਂ ਕੰਮ ਨਿਬੇੜ ਤਾਂ ਖੜੇ ਰਹਿੰਦਾ। ਚਲ ਵਧੀਆ ਰਹਿ ਗਈ ਹਨਾ, ਮੈਂ ਮਾੜਾ ਸੁਨੇਹਾ ਉੱਠ ਕਰਦੀ ਹਾਂ। ਚਲ ਵਧੀਆ, ਨਾ ਉੱਠਦੀ ਤਾਂ ਮੈਂ ਵੀ ਸੁਨੇਹਾ ਫਿਰ, ਬਸ ਤੈਨੂੰ ਪਤਾ ਵਾ ਨਾ ਥੋੜਾ ਜਿਹਾ ਦਰਦ ਦੁਰਦ ਜਾਂਦਾ ਰਹਿੰਦਾ ਟੂਹੀ ਚ ਮੇਰੇ। ਕੁਛ ਮੈਨੂੰ ਵੋਟਾਂ ਜਾਂਦਾ ਹੋਇਆ ਪਿਆ, ਮੈਂ ਸਰਦੇ ਭੈਣ ਭਾਈ ਨੂੰ ਕਹਿ ਗਿਆ ਨਾ, ਕੰਮ ਤਾਂ ਮੈਂ ਆਪੇ ਕਰਾਉਂਗੀ। ਨਾ ਨਾ ਕੋਈ ਗੱਲ ਨੀ, ਪਰ ਕਿਸੇ ਕੋਲ ਗੱਲ ਨਾ ਕਰੀ ਤੂੰ। ਨਾ ਨਾ, ਜਿਹੜੇ ਤੂੰ ਮੂੰਹ ਮੰਗੇ ਪੈਸੇ ਦਵਾ ਦੂੰ ਸਾਨੂੰ। ਠੀਕ ਹੈ ਠੀਕ ਹੈ, ਥੋੜਾ ਕੰਮ ਵੀ ਕਰਾਉਂ ਮੈਂ। ਕੋਈ ਗੱਲ ਨੀ, ਮੈਂ ਹੋਰ ਵੀ ਕਿਸੇ ਭੈਣ ਭਾਈ ਨੂੰ ਕਹਿਣਾ ਗਾ। ਚੱਲ ਜਾ ਬੇਬੇ। ਹਾਂ ਚੰਗਾ ਪੁੱਤ, ਠੀਕ ਹੈ ਬੇਬੇ। ਲੈ ਆਹ ਤਾਂ ਬਾਹਲੀ ਵਧੀਆ ਗੱਲ ਆ, ਆਪਾਂ ਨੂੰ ਕੀ ਆ, ਆਪਾਂ ਪੈਸੇ ਲੈ ਕੇ ਆਪਣੇ ਵੋਟ ਆਪਦੀ ਮਰਜ਼ੀ ਨਾਲ ਪਾਉਣੀ ਆ, ਆਪਾਂ ਨੂੰ ਕਿਹੜਾ ਉੱਥੇ ਅਗਲਾ ਉੱਥੇ ਦੇਖਦਾ ਕਿਹਨੂੰ ਪਾਈਏ ਵੋਟ, ਜਿਹਨੂੰ ਦਿਲ ਕਰਿਆ ਉਹਨੂੰ ਪਾਵਾਂਗੇ ਆਪਦੀ ਮਰਜ਼ੀ ਨਾਲ। ਆਹ ਤਾਂ ਵਧੀਆ ਹੋ ਗਿਆ ਕੰਮ, ਇਹ ਤਾਂ ਬੰਦੇ ਮੇਰੇ ਪੱਕੇ ਨੇ, ਨਾ ਮੈਨੂੰ ਵਿੱਚੋਂ ਬਣਨਗੇ ਪੈਸੇ ਦਾ ਸਭ ਵੀ, ਮੇਸਰ ਦੇ ਦਾਦੇ ਲਵਿੰਦਰ ਕੇ ਵੀ ਘਰੇ ਕੁਛ ਹੈਗਾ, ਖੈਰ ਉਹ ਤਾਂ ਮੇਰੇ ਬੰਦੇ ਪੱਕੇ ਨੇ, ਭਾਈ ਦੇ ਵੀ ਨੇ, ਇਹਨੂੰ ਵੀ 5-7 ਹਜ਼ਾਰ ਰੁਪਇਆ ਦਵਾ ਦੂੰਗੀ, ਹੈਂ ਨਾਲੇ ਵਿੱਚੋਂ 1-2 ਲੱਖ ਮੈਨੂੰ ਬਣ ਜੂ, ਇਹ ਕੰਮ ਮੇਰਾ ਲੋਟ ਆਜੂਗਾ, ਮੈਂ ਇੱਥੋਂ ਬਾਹਰ ਨਹੀਂ ਹੈਗਾ ਕੋਈ। ਸਬਜ਼ੀ ਤਾਂ ਯਾਰ ਹੁਣ ਆਪਦੀ ਮਿਹਨਤ ਰਹਿ ਗਈ ਬੰਦੇ ਦੀ, ਇੰਨਾ ਕੁ ਤਾਂ ਬੰਦਾ ਕਰ ਹੀ ਸਕਦਾ, ਆਪਦੇ ਖਾਣ ਜੋਗੀ ਤਾਂ ਬੰਦਾ ਘਰੇ ਬੀਜ ਹੀ ਸਕਦਾ ਗਾ, ਜੇ ਸੋਚਦਾ ਤੇਲਾ ਜਾਂ ਮੁੰਡਾ ਤਾਂ ਪੈ ਵੀ ਗਿਆ ਇਹਨੂੰ। ਚਲ ਆਥਣੇ ਨਹੀਂ ਤਾਂ ਲਾ ਦਾਂਗੇ ਇਹਨਾਂ 'ਚ ਪਾਣੀ ਠੰਡੇ ਜੇ ਹੋਏ, ਨਾਲੇ ਬੈਂਗਣੀ 'ਤੇ ਸਪਰੇ ਕਰ ਦਾਂਗੇ, ਤਾਂ ਚਾਹ ਪੀ ਕੇ ਆਵਾਂ ਘੁੱਟ ਕਾ। ਆਵਣਾ ਪਾਣੀ ਦਾ ਗਲਾ ਲਿਆ ਕੇ ਇੱਥੋਂ ਘੁੱਟ। ਆ ਗਈ ਜੀ। ਗਰਮੀ ਬੜੀ ਪੈਣ ਲੱਗ ਗਈ ਮੇਰੇ ਸਾਲੇ ਦੀ, ਗਾਹਾਂ ਕੀ ਬਣੂਗਾ। ਠੰਡਾ ਨਾ ਲਈ ਚੰਗਾ, ਬੜਾ ਪਾਣੀ ਨਾਰਮਲ ਜਿਹਾ ਲਈ। ਠੀਕ ਹੈ ਜੀ, ਠੀਕ ਆ। ਖੰਘ ਜੀ ਹੋ ਰਹੀ ਆ ਮੈਨੂੰ। ਹੋਰ ਪਾਣੀ ਨਾਲ ਤਾਂ ਨਾ ਠੰਡੇ ਨਾਲ ਖੰਘ ਚ ਖਾਣ ਜਿਹਾ ਬੜਾ ਹੋ ਜਾਂਦਾ ਗਾ। ਬੂਟੇ ਨੂੰ ਪੁੱਛਾਂ ਯਾਰ ਜੇ ਦਵਾਈ ਪਈ ਹੋਊਗੀ ਉਹਦੇ ਕੋਲ ਸਬਜ਼ੀ ਵਾਲੀ।
ਸਬਜ਼ੀ ਦੇ ਪਾਉਣ ਵਾਲੀ ਦਵਾਈ ਲਿਆਵਾਂਗੇ। ਹੈਲੋ, ਕੀ ਹਾਲ ਆ ਬੁੱਟੇ? ਠੀਕ ਠਾਕ ਹੋ? ਠੀਕ ਹੋ? ਹੈਲੋ, ਵਧੀਆ ਠੀਕ ਆ। ਯਾਰ ਤੇਰੇ ਕੋਲ ਦਵਾਈ ਜੀ ਪਈ ਹੈਗੀ, ਸਬਜ਼ੀ ਤੇ ਛਿੜਕਣੀ ਸੀ। ਸਬਜ਼ੀ ਤੇ ਪਹਿਲੇ ਵਾਲੀ? ਹਾਂ ਮੇਹਨਤੀ ਘਰੀ ਬੀਜ ਲੈਣੇ ਆ। 80 ਰੁਪਏ ਕਿਲੋ ਦਾ ਮਟਰ ਹੋਏ ਪਿਆ, 50 ਰੁਪਏ ਕਿਲੋ ਕੱਦੂ ਹੋਏ ਪਿਆ। ਜਮੀਨ ਬੁਰਾ ਹਾਲ ਤਾਂ ਹੈਗਾ ਯਾਰ। ਆ ਸਾਡੇ ਬਾਰ ਗਏ, ਉਦੋਂ ਸਾਡੀਆਂ ਮਿਹਨਤਾਂ ਕਰੀ ਗਏ, ਕਹਿੰਦੇ ਅਸੀਂ ਬਣਾਵਾਂਗੇ ਮਜਾਲਾ ਮਾਂ ਦਾ ਪੁੱਤ, ਹੁਣ ਕਦੇ ਗੱਲ ਵੀ ਨੀ ਸੁਣੀ ਹੈਗੀ। ਕਿੱਡਾ ਕੁ ਟੋਟਾ ਦੇਖ ਲਾ ਸਾਰਾ, 20 ਫੁੱਟ ਟੋਟਾ ਹੋਊਗਾ ਬਾਹਰ ਮੂਹਰੇ। ਹੋਰ ਮੁੜ ਕੇ ਉਹ ਗੱਲ ਤੇ ਖੜਦੇ ਨੀ ਇਹ? ਇਹ ਤਾਂ ਹੈ, ਚੱਲ ਫਿਰ ਮੈਂ ਤੇਰੇ ਕੋਲੇ ਆਊਂਗਾ, ਲੈ ਕੇ ਜਾਊਂਗਾ। ਚੰਗਾ, ਦਵਾਈ ਰੱਖੀ ਮੇਰੀ। ਚੰਗਾ ਚੰਗਾ। ਕਿਹਨੂੰ ਲਾਇਆ ਸੀ ਜੀ ਫੋਨ? ਇਹਦਾ ਬੂਟੇ ਨੂੰ ਲਾਇਆ ਸੀ। ਮੈਂ ਜੀ ਬੇਬੇ ਗੁੱਡੀ ਆਈ ਸੀ ਆਪਣੇ ਘਰੇ। ਕਿਉਂ, ਕਿਵੇਂ ਆਈ ਸੀ? ਉਹ ਕਹਿੰਦੀ ਮੈਨੂੰ ਬੱਲੇ ਨੂੰ ਵੋਟਾਂ ਪਾ ਦਿਓ, ਕਹਿੰਦੀ ਤੁਹਾਨੂੰ 10-20 ਹਜ਼ਾਰ ਰੁਪਇਆ ਦਵਾ ਦੂੰਗੀ। ਬੱਲਾ ਸਰਪੰਚ ਚ ਉੱਠੂਗਾ? ਹੋਰ। ਅੱਛਾ, ਹੋਰ ਆਪਣੇ ਤਾਂ 4-5 ਉੱਠਣਗੇ, ਇੱਕ ਸਾਡਾ ਤਾਂ ਖਾਸਾ ਹਿੱਸਾ ਲੈਂਦੀ ਆ ਬੇਬੇ ਤਾਂ। ਬੱਲੇ ਨੂੰ ਵੋਟ ਪੈ ਜੂਗੀ? ਕੀ ਕਹਿ ਸਕਦੇ ਆਪਾਂ ਨੇ, ਕੀ ਲੈਣਾ? ਪਵੇ ਨਾ ਪਵੇ, ਆਪਾਂ ਬਾਬਾ ਮਤਲਬ ਕੱਢੋ, ਆਪਾਂ ਨੂੰ ਪੈਸੇ ਮਿਲਣਗੇ 4 ਲੈ ਕੇ ਪਰਾਂ ਕਰੋ। ਬਾਅਦ ਚ ਕੋਈ ਨੀ ਕੰਮ ਕਰਦਾ ਕਿਸੇ ਦਾ, ਜਿਹੜਾ 20 ਹਜ਼ਾਰ ਰੁਪਇਆ ਦਵਾਤਾ ਆਪਦਾ ਕਿਸੇ ਕੰਮ ਕਿਤੇ ਲਾ ਲਾਂਗੇ। ਪੈਸੇ ਲੈ ਕੇ ਪਾਵਾਂਗੇ, ਵੋਟ ਮੁੜ ਕੇ ਕੰਮ ਨੀ ਕਰਦਾ ਕੋਈ। ਊਂ ਕਿਹੜਾ ਕਰਦੇ ਨੇ, ਪਹਿਲਾਂ ਨੇ ਕਿਹੜਾ ਰੰਗ ਲਾ ਤੇ, ਆਹ ਦੇਖ ਲਾ ਆਹ ਬੀਹੀ ਵਾਲੀ ਗੱਲ ਤੂੰ ਆ ਨਾਲੇ ਆਪ ਹੀ ਕਹਿ ਕੇ ਹਟਿਆ। ਲਵਾਈ ਆਪਣੇ ਇੱਟ, ਇੱਕ ਇੱਟ ਨੀ ਸਰੀ ਉਹ ਤੋਂ ਵੀ ਲਵਾ ਦਾ, ਕੀ ਗੱਲ ਸੀ ਕਿੰਨੀ ਬੀਹੀ ਸੀਗੀ? ਇਹ ਤਾਂ 1983 ਦੀ ਬਣੀ ਹੋਈ ਆ ਗਲੀ, ਨਿਹਾਲ ਸਰਪੰਚ ਵੇਲੇ ਦੀ, ਮੇਰੀ ਸੁਰਤ ਤੋਂ ਪਹਿਲਾਂ ਦੀ ਬਣੀ ਹੋਈ ਆ, ਮੈਂ ਤਾਂ ਆਪਦੀ ਸੁਰਤ ਚ ਗਲੀ ਬਣਦੀ ਨੀ ਦੇਖੀ ਇਹ। ਉਹੀ ਤਾਂ ਗੱਲ ਆਈ, ਦੇਖਦੇ ਹਾਂ ਹੁਣ ਪਹਿਲਾਂ ਤੇਰੇ ਨਾਲ ਗੱਲ ਕਰਾਂਗੇ ਭਾਈ, ਸਾਡੇ ਕੰਮ ਕਰਾਓ, ਪੈਸੇ ਪੂਸੇ ਤਾਂ ਆਪਾਂ ਕੀ ਲੈਣਾ ਭਾਈ, ਸਾਡੇ ਸਾਨੂੰ ਤਾਂ ਕੰਮ ਚਾਹੀਦਾ। ਹਾਂ ਕੰਮ ਵੀ ਫਿਰ ਬਾਕੀ ਜਦੋਂ ਸਾਰੇ ਘਰਾਂ ਨੂੰ, ਸਾਰੇ ਘਰ ਆਪਣੇ ਤਾਂ ਉੱਧਰ ਹੋ ਰਹੇ ਨੇ, ਸਾਰੇ ਘਰਾਂ ਦੀ ਫਿਰ ਗਈ, ਉਹ ਕਹਿੰਦੀ ਉਹ ਸਾਰੀ ਇੱਕਾ ਕਰੀ ਬੈਠਣੀ, ਕਹਿੰਦੇ ਜ਼ਰੂਰੀ ਹੈ ਕੋਈ ਕੰਮ ਤਾਂ ਕਰਾਉਂਦਾ ਨੀ। ਆਹੋ ਤਾਂ ਠੀਕ ਹੈ ਗੱਲ, ਆਹ ਇੱਕ ਇੱਕ ਬੋਤਲ ਫੜਾ ਜਾਂਦੇ ਨੇ ਹੱਥ ਨੇ ਬੰਦਿਆਂ ਨੂੰ, ਉਹੀ ਗੱਲ ਸਾਡੇ ਵਰਗੀਆਂ ਝਾਕੀਆਂ ਆਉਂਦੀਆਂ ਰਹਿੰਦੀਆਂ ਨੇ, ਸਾਨੂੰ ਤਾਂ ਕਦੇ ਇੱਕ ਐਨੀ ਵੀ ਠੰਡੇ ਦੀ ਬੋਤਲ ਦੇ ਦੇਣ, 10 ਰੁਪਏ ਦਾ ਠੰਡੇ ਦੇ ਦਿਆ ਕਰਨ।
ਉਹ ਵੀ ਨਹੀਂ ਸਰਿਆ। ਜਿਹੜਾ ਕੋਈ ਕੰਮ ਕਰਾਉ ਫਿਰ ਆਪਾਂ ਤਾਂ ਉਸੇ ਨੂੰ ਵੋਟ ਪਾਵਾਂਗੇ, ਆਪਾਂ ਲੋਕਾਂ ਵਾਂਗ ਥੋੜਾ ਲੱਕੜਾ ਵੀ ਲੈ ਕੇ ਪੈਸੇ ਆਪਾਂ ਬਹਿ ਜਾਈਏ। ਕੁਛ ਨਹੀਂ ਹੁੰਦਾ, ਤੁਸੀਂ ਕਿਤੇ ਮਰਜ਼ੀ ਪਾਇਓ ਵੋਟਾਂ, ਕਿਤੇ ਮਰਜ਼ੀ ਪਾਈ ਜਾਈਏ, ਕੁਛ ਨਹੀਂ ਹੁੰਦਾ। ਹੁਣ ਵੋਟਾਂ ਆਏ ਵਾਂ, ਮੁੜ ਕੇ ਕੋਈ ਨਹੀਂ ਦੇਖਦਾ, ਕੋਈ ਨਹੀਂ ਕੰਮ ਕਰਾਉਂਦਾ, ਆਪਦੇ ਖਾਣ ਨੂੰ ਬਣਦੇ ਨੇ ਸਰਪੰਚ, ਕਿਸੇ ਦਾ ਕੋਈ ਨਹੀਂ ਕਰਦਾ ਕੰਮ। ਸਰਪੰਚ ਦਾ ਫਿਰ ਹੁਣ ਜਿਹੜਾ ਬੰਦਾ 10-20 ਲੱਖ ਰੁਪਇਆ ਲਾਊਗਾ, ਫਿਰ ਉਹ ਤਾਂ ਆਪਦੇ ਪੂਰੇ ਕਰਦੇ ਨੇ ਨਾ, ਇਹ ਐਂ ਕਰਦੇ ਨੇ ਤਾਂ। ਇਹਨਾਂ ਨੇ ਲੋਕਾਂ ਨਾਲ ਕੀ ਮਤਲਬ, ਇਹਨਾਂ ਨੂੰ ਇਹ ਤਾਂ ਲਾ ਕੇ ਆਪਦਾ 20-30 ਲੱਖ ਰੁਪਇਆ ਮੁੜ ਕੇ ਆਪਦੇ ਬਸ ਆਪਦੇ ਪੂਰੇ ਕਰਨ ਤੇ ਹੋ ਜਾਂਦੇ ਨੇ। ਆ ਵੇਖ ਲੈ, ਕੋਈ ਗਲੀ ਨਹੀਂ ਪੱਕੀ ਕਰੀ, ਕੋਈ ਕਿਤੇ ਅੱਡੇ ਤੇ ਸਫਾਈ ਨਹੀਂ ਹੈਗੀ। ਇਹਨਾਂ ਦਾ ਕੰਮ ਹੀ ਇਹ ਆ, ਇਕੱਲਾ ਗਲੀਆਂ ਨਾਲੀਆਂ ਜਾਂ ਕਦੇ ਟੋਬੇ ਤੇ ਕੰਧ ਕਢਾਤੀ ਉਹ ਡਿੱਗ ਗਈ, ਕਦੇ ਜਾਲ ਲਾਤਾ, ਕਦੇ ਕੁਛ ਕਰਤਾ, ਬਸ ਉੱਥੇ ਪੈਸੇ ਪੂਰੇ ਕਰੀ ਜਾਂਦੇ। ਆ ਲੋਕਾਂ ਨੇ ਕਣਕ ਵਾਲੇ ਕਾਰਡ ਸੀ, ਸਮਾਂ ਕਟਵਾ ਤੇ ਬਣਵਾਉਣੇ ਤਾਂ ਕੀ ਸੀ, ਕਿਸੇ ਦਾ ਕੋਈ ਚੱਜ ਦਾ ਕੰਮ ਨਹੀਂ ਹੋਇਆ ਉਹਨਾਂ ਤੋਂ। ਚੱਲ ਬਸ, ਜਿਹੜਾ ਕੋਈ ਕੰਮ ਕਰੂਗਾ ਉਹਨੂੰ ਪਾ ਦਾਂਗੇ, ਠੀਕ ਆ। ਨਹੀਂ ਫਿਰ ਆਪਾਂ ਵੀ ਜਿਹੋ ਜਿਹੇ ਲੋਕ ਆ, ਫਿਰ ਫੜ ਕੇ ਉਹਨੂੰ ਕਹਿ ਦੇਗੇ ਭਾਈ 20-20 ਹਜ਼ਾਰ ਰੁਪਏ ਦੇ ਦੋ ਵੋਟਾਂ ਦਾ। ਹਾਂ ਉਹ ਹੀ ਤਾਂ ਗੱਲ ਆ, ਤਾਂ ਹੀ ਤਾਂ ਕਹਿੰਦੇ ਨੇ ਜਾਂਦੇ ਚੋਰ ਵੀ ਮੈਂ ਤੇ ਕਿਹਦਾ ਕੰਮ ਕਰਦਾ ਨਾ, ਲੈ ਜਾਗਲਾ ਕਰੀਏ ਕੋਈ ਕੰਮ। ਚਾਚਾ ਵੀ ਉੱਥੇ ਜਾ ਕੇ ਬਹਿ ਗਿਆ ਵੀ ਬੇਅੰਤ ਕੋਲੇ, ਵੀ ਤੂੰ ਘਰੇ ਆ ਜਾ ਅਗਲੇ ਦੀ। ਕੰਮ ਹੀ ਚਾਚੇ ਦਾ ਆਈ ਆ, ਵਿਹਲਾ ਚਾਚਾ ਕੀ ਕਰਨਾ। ਹੋਰ ਨਹੀਂ ਜਾ ਕੇ ਲੈ ਕੇ ਆਉਣਾ, ਮੱਝ ਦੇਖਦਾ ਉਹਨੂੰ। ਚੱਲ ਜਾ ਆ ਗਿਆ ਆ ਗਿਆ, ਨਹੀਂ ਮੈਂ ਉਹਨੂੰ ਫੋਨ ਕਰ ਲੈਣਾ ਕੀ ਆ, ਭੇਜ ਦੇਣਾ ਲਾ ਕੇ ਦੇਖ ਲੈ ਤੂੰ। ਆ ਕਰ ਤੂੰ ਖਾਲੀ ਕੇ ਸੁਣਾ ਘਰ ਆਗਾ ਭਰਾ। ਹੋਰ ਮੈਂ ਕੱਪੜੇ ਪਾ ਦਾ ਮਸ਼ੀਨ 'ਚ, ਕੋਈ ਗੱਲ ਨਹੀਂ ਪਾ ਦੇ। ਦੁਨੀਆ ਇੰਨੀ ਮਤਲਬ ਖੋਰੀ ਹੋ ਗਈ ਨਾ, ਕੋਈ ਨਹੀਂ ਚੜਾਉਂਦਾ। ਦੇਖ ਲੈ 20 ਨੂੰ ਹੱਥ ਖੜਾ ਕਰਤਾ, ਇੱਕ ਤਾਂ ਅੱਡਾ ਐਡੀ ਦੂਰ ਹੈ, ਬੱਸਾਂ ਇਹਨੇ ਉੱਥੇ ਤਾਰਤਾ। ਮੈਂ ਕਿਹਾ ਨਾਲੇ ਉੱਥੇ ਤਾਰ ਦੀ ਉਹ ਕਰ ਲਵੇ, ਵੀ ਕਹਿੰਦਾ ਚਾਰਜ ਵਾਲੀ ਸਕੂਟਰੀ ਹੈ ਵੀ ਤੂੰ ਚੜਾ ਕੇ ਲੈ ਚੱਲ। ਵਾਲੇ ਲੋਕ ਲੋਚੜੇ ਹੋ ਰਹੇ ਨੇ, ਕਾਹਨੂੰ ਪੁੱਛਦਾ, ਸਰੀ ਪਿਆ ਲੋਕਾਂ ਦੇ। ਆ ਚਾਹ ਦੀ ਗੁੱਟ ਪੀਏ ਬਣਾ ਕੇ, ਹੁਣ ਜਾ ਕੇ ਬਹੂ ਨੂੰ ਕਹਿ ਕੇ ਐਂਦਾ ਇੱਕ ਟੱਟੀਆਂ ਜਿਹਾ ਨੇ ਧੋ ਤੇ, ਪਤਾ ਨਹੀਂ ਪਾਉਣੇ ਕਹੀ ਜੀ ਸ਼ਰਾਬ ਪਿਆਤੀ। ਨਾਲੇ ਮੈਂ ਕਹੀ ਗਿਆ ਖੱਟੀ ਆ, ਉਹ ਖੱਟੀ ਹੈ। ਲੈ ਆਹ ਦੇਖ ਲੈ, ਸਕੂਟਰੀ ਉਰੀ ਖੜਾਈ ਪਈ ਹੈ, ਚਾਹੇ ਕੋਈ ਚਾਬੀ ਵਿੱਚ ਛੱਡੀ ਪਿਆ। ਬਾਲਾ ਜਵਾਕ ਜਾ ਵੀ ਜਮਾਂ ਨਿਕੰਮਾ ਹੈ, ਇਸ ਅੰਦਰਾਂ ਤੂੰ ਚਾਬੀ ਤਾਂ ਕੱਢ ਕੇ ਲੈ ਜਾ। ਆ ਪਿਆ ਚੌਧਰੀ ਬਣਿਆ, ਲੈ ਦੋਨ ਤਾਂ ਵੱਗ ਗਿਆ। ਖੜਾ ਹੋਏ ਚੌਧਰੀ ਬਣਿਆ ਪਿਆ, ਕਿਵੇਂ ਚਾਚਾ? ਠੀਕ ਹੈ। ਹੋਰ ਉਹ ਬਾਰ ਖੁੱਲੇ ਪਏ ਨੇ ਸਾਰੇ, ਐ ਪਿਆ ਚੌਧਰੀ ਬਣਿਆ। ਇੱਧਰ ਮੈਂ ਸਾਹਮਣੇ ਪਿਆ ਸੀਗਾ। ਆ ਸਾਹਮਣੇ ਪਿਆ ਸੀ, ਆ ਗਿਆ ਤੂੰ? ਹੋਰ ਆ ਗਿਆ, ਮਤਲਬ ਮੈਂ ਤੋਂ ਹੀ। ਕਿਵੇਂ ਸੀਗੇ? ਮੈਂ ਤੋਂ ਹੀ ਠੀਕ ਹੈ। ਤੂੰ ਬਾਹਰ ਨਹੀਂ ਆਇਆ ਫਿਰ? ਉਹ ਮੈਂ ਫਿਰ ਬਸ ਉਹ ਰੱਖ ਲਿਆ ਬੋਲੇ ਯਾਰ, ਕਹਿੰਦਾ ਚਾਚਾ ਰਹਿ 4 ਦਿਨ, ਕਹਿੰਦਾ ਚੱਲ ਚਾਚਾ ਆ ਗਿਆ, ਕਣਕ ਕੁਣਕ ਵੱਢ ਲਈ। ਮੈਂ ਤਾਂ ਉਹਨੂੰ ਅੱਜ ਹੀ ਕਹਿ ਕੇ ਹਟਾ ਸੀ, ਮਹਾਨੇ ਮਹੀਂ ਮੈਂ ਦੇਖਦਾ ਚਾਚੇ ਨੂੰ, ਮਹਾ ਮੈਂ ਲੈ ਕੇ ਆਉਂਦਾ। ਬਿਮਾਰ ਹੋ ਗਏ ਚਾਚਾ ਜੀ? ਹੋਰ ਭਾਈ, ਉਹ ਪ੍ਰਾਹੁਣੇ ਨੇ ਖੱਟੀ ਜੀ ਸ਼ਰਾਬ ਸੀ, ਉਹ ਪਿਆਤੀ ਰਾਤ। ਫਿਰ ਤੁਸੀਂ ਦੇਖ ਕੇ ਵੀ ਨਹੀਂ ਸੀ? ਲੈ ਜੀ ਘਰ ਬਗਾਨਾ ਸੀ, ਢੱਡ ਦਬਦਾ ਸੀ, ਫਿਰ ਤੂੰ ਆਪ ਹਲਕ ਤਾਂ ਘੁੱਡ ਕੇ ਪੈਣਾ। ਓਏ ਮੈਨੂੰ ਮੱਲੋ ਮੱਲੀ ਕਹਿੰਦਾ ਜਾ ਚੱਲ ਆ ਕੇ ਦੇਖ, ਲਾ ਕੇ ਦੇਖ। ਮੈਂ ਤਾਂ ਹੁਣ ਕਹੂਗੇ ਰਿਸ਼ਤੇਦਾਰ ਦਾ ਮਾਮਲਾ ਹੈ। ਮਸਾਲੇ ਮਸੂਲੇ ਜੇ ਬਾਲੇ ਪਾਏ ਹੋਏ ਸੀ, ਦਵਾਈ ਦਵਾ ਦਿੰਦੇ ਆ ਚਾਚਾ ਜੀ ਜੇ ਜ਼ਿਆਦੇ ਹੋ ਰਿਹਾ। ਦਵਾਈ ਤਾਂ ਲਿਆਵਾਂਗੇ, ਦਵਾਈ ਲਿਆ ਜਾ ਕੇ ਵਜੀ ਡਾਕਟਰ ਤੋਂ ਗੋਲੀਆਂ, ਕਹਿੰਦੇ ਮੇਰੇ ਚਾਚੇ ਕੱਟੀਆਂ ਲੱਗ ਰਹੀਆਂ ਨੇ। ਵੱਧ ਪੀ ਲੈਂਦਾ ਗਾ। ਇੱਕ ਗਰਮੀ ਵਾਲੀ ਉਹ ਸਕੂਟਰੀ ਵਾਲੀ ਨੂੰ ਹੱਥ ਕਰਿਆ ਵੀ ਪਤੰਦਰਾ ਤੂੰ ਖੜਾ ਲਾ ਚਾਰਜ ਵਾਲੀ ਸਕੂਟਰੀ, ਤੇਰਾ ਪੈਟਰੋਲ ਮੱਚਦਾ ਹੈਗਾ। ਅੱਜ ਕੱਲ ਨਹੀਂ ਕੋਈ ਕਿਸੇ ਨੂੰ ਚੜਾਉਂਦਾ, ਆਵੇਂ ਆਂਦਾ ਵੀ ਕੀ ਲਈ ਫਿਰਦਾ ਹੋਵੇ ਕੀ ਪਤਾ। ਹਾਂ ਲੈ ਉਹਨੂੰ, ਮੈਂ ਫਿਰ ਤਾਂ ਗਾ ਹਾਂ ਪੈ ਦੇਸਗਾ ਬੰਬ ਲਈ ਫਿਰਦਾ ਨਾਲ। ਬੰਬ ਕਿਉਂ ਆਂਦਾ, ਮੈਂ ਆਂਦਾ ਕਈ ਵੀ ਗੱਲ ਪੁੱਛੀ ਪੱਤੀ ਨਾਲ ਲਈ ਫਿਰਦਾ ਕੋਈ ਨਸ਼ੇ ਵਾਲੀਆਂ ਗੋਲੀਆਂ ਬੱਲਿਆਂ ਨਾਲ ਲਈ ਫਿਰਦਾ ਵਿਆਹ ਕਿਉਂ ਹੋ ਜਾਂਦਾ। ਨਾ ਨਾ ਇਹ ਵੀ ਗੱਲ ਤੇਰੀ ਠੀਕ ਹੈ ਨਾ। ਹੋਰ ਤਾਂ ਹੀ ਚੜਾਉਂਦਾ ਅੱਜ ਕੱਲ ਅਗਲਾ, ਚੜਾਉਂਦਾ ਨਹੀਂ, ਚੜਾਉਣ ਦਾ ਜ਼ਮਾਨਾ ਵੀ ਨਹੀਂ ਰਿਹਾ। ਤੇ ਤੁਲੀ ਛਿੱਟ ਗਿਆ ਸੀ ਉਹ?
ਤੂੜੀ ਤਾਂ ਛੱਡਤੀ, ਤੂੜੀ ਤਾੜੀ ਤਾਂ ਸਾਂਭਤੀ ਸਾਰਾ ਕੁਛ, ਸਬਜ਼ੀ ਸੁਬਜ਼ੀ ਵੀ ਕੁੱਟਤੀ ਮੈਂ, ਵਧੀਆ ਹੋ ਗਈ ਗੱਲ, ਤੇਲਾ ਜਿਹਾ ਪੈ ਗਿਆ ਸਬਜ਼ੀ ਨੂੰ, ਫਿਰ ਸਪਰੇ ਕਰ ਦਿੰਦਾ ਸਪਰੇ, ਮੈਂ ਉਹਨੂੰ ਪੁੱਛਿਆ ਮੁੰਡੇ ਨੂੰ ਪੁੱਛਿਆ ਦਵਾਈ, ਕਹਿੰਦਾ ਪਈ ਆ ਤੇਰੇ ਜੋਗੀ ਦਾ, ਹਾਂ ਉਦੋਂ ਲੈ ਆਉਂਦਾ, ਫਿਰ ਆਪਾਂ ਦੇ ਦਾਂਗੇ ਲਿਆ ਕੇ, ਤੇ ਸੱਚ ਉਹ ਕਹਿੰਦਾ ਸੀਗਾ ਪ੍ਰਾਹੁਣਾ ਸਭ 25 ਰੁਪਏ ਚੀਜ਼ ਉੱਠਣ ਨੂੰ ਕਹਿੰਦਾ ਸੀ, ਸਰਪੰਚ ਉਹਨੂੰ ਤਾਂ ਪੰਗਾ ਨਾ ਲਈ, ਆ ਮਾਰਦਾ ਹੱਥ ਜੇ, ਮੈਂ ਕਿਹਾ ਸੀ ਮਾ ਕੀ ਲੈਣਾ ਸਰਪੰਚ, ਓਏ ਉਹਦਾ ਸਰੀਕੇ ਕਬੀਲੇ ਦਾ ਕੀ ਜਾਊ, ਉਂਗਲਾਂ ਲਾਉਂਦੇ ਨੇ ਆਪਾਂ, ਹੋਰ ਉਹੀ ਤਾਂ ਗੱਲ ਹੈ, ਕੋਈ ਸੌਖੀ ਰੋਟੀ ਖਾ ਲੈਣ ਨੂੰ ਕਹਿੰਦਾ ਜੀ ਨਹੀਂ, ਮੈਨੂੰ ਕਹਿੰਦਾ ਚਾਚਾ ਇੱਕ ਵਾਰੀ ਤਾਂ ਮੈਂ ਪੰਗਾ ਲਊਂਗਾ ਹੀ ਲਊਂਗਾ, ਉਹ ਮਹਾ ਤੂੰ ਆਪਦਾ ਜਵਾਕ ਪਾਲ ਲੈ, ਕੰਮ ਕਰ ਲੈ, ਕੀ ਲੈਣਾ ਸਰਪੰਚੀਆਂ ਤੋਂ, ਹਾਂ ਇਹਦਾ ਕੰਮ ਛੜਾਊ ਸੌਦਾ ਹੁੰਦਾ, ਜੇ ਕਿਸੇ ਨਾਲ ਪਾ ਗਿਆ ਤਾਂ ਦੂਜਾ ਗੁੱਸਾ ਕਰਦਾ, ਜੇ ਨਹੀਂ ਜਾਂਦਾ ਤਾਂ ਗੁੱਸਾ ਕਰਦਾ, ਚਾਚਾ ਜੀ ਰੋਟੀ ਬਣਾਵਾਂ, ਨਾ ਭਾਈ ਬਸ ਰੋਟੀ ਤਾਂ ਮੈਂ ਨਹੀਂ ਖਾ ਕੇ ਆਇਆ ਸੀ, ਰੋਟੀ ਬਣਵਾ ਲੈਣਾ, ਨਾ ਨਾ ਬਸ, ਤੇ ਹੋਰ ਅਸੀਂ ਤਾਂ ਆਪਾਂ ਇੰਨੇ ਔਖੇ ਹੋ ਨਾ, ਜਿੰਨੇ ਵੀ ਕਹਦੇ ਪਸ਼ੂ ਪਸਾਰੇ ਦਾ ਵੀ, ਚੱਲ ਤੂੰ ਘਰੇ ਤਾਂ ਰਹਿਣਾ ਗਾ, ਰਾਖੀ ਤੇ ਬੈਠਾ ਰਹਿਣਾ, ਆਹੋ ਉਹਦਾ ਠੀਕ ਹੈ, ਤੇ ਕਣਕ ਤੁਰ ਗਈ ਸੀ, ਹਾਂ ਹਾਂ ਕਣਕ ਕੁੜਕ ਤਾਂ ਲੱਭੜ ਕੇ ਚਾਇਆ ਮੈਂ, ਇੱਕ ਦਿਨ ਆਪਾਂ ਸਾਫ਼ ਕਰਾਂਗੇ, ਸਾਫ਼ ਕਰਕੇ ਆਉਣੇ, ਆੜਤੀ ਨਾਲ ਚੱਲਦੇ ਕੱਲ ਨੂੰ ਆਪਾਂ, ਆਹੋ ਤੇ ਆਥਣੇ ਛਿੜਕ ਦੂੰਗਾ ਮਾਂ ਮਾਂ ਦਵਾਈ, ਆਥਣੇ ਛਿੜਕ ਦੀ, ਉਹ ਠੰਡੇ ਹੋਏ ਛਿੜਕ ਦੀ ਜ਼ਰੂਰੀ ਆਉਣ, ਕੋਈ ਜਾ ਕੇ ਆਉਂ ਫਿਰ ਡਾਕਟਰ ਕੋਲੇ, ਮੈਂ ਤੂੰ ਜਾ ਕੇ ਆ ਡਾਕਟਰ ਕੋਲੇ, ਮੈਂ ਜਾ ਕੇ ਆਉਂ, ਉਹ ਡੱਬਾ ਜਾ ਉੱਥੇ ਵਿੱਚ ਹੀ ਪਿਆ ਸੀ, ਹਾਂ ਡੱਬਾ ਤਾਂ ਉੱਥੇ ਪਿਆ, ਮਾਰਦੇ ਦਾਰੂ ਜੀ ਨੇ, ਲੈ ਕੰਜ ਦਾ ਪੁੱਤ ਕਹਿੰਦਾ ਪਾਣੀ ਦਾ ਡੱਬਾ ਭਰਿਆ ਪਿਆ, ਅੰਨਾ ਜਲਾ ਹਾ ਮਾਂ ਨਾਲ ਮਸਕਰੀਆਂ, ਡਬਲ ਖੇਚਲਾ ਹੋ ਗਈ, ਆਏ ਹਾਏ ਹਾਏ ਹਾਏ, ਪਾਣੀ ਦਾ ਭਰ ਕੇ ਰੱਖ ਦੋ ਕੁੜੀਏ, ਮੈਨੂੰ ਕਹਿਗਾ ਦੋ ਵੇਲੇ ਲਾਉਣ ਦਾ, ਮੈਂ ਤਾਂ ਆਪ ਔਖਾ ਹੋ ਜਾਣਾ, ਲੈ ਹੁਣ ਇਹਦੇ ਘਰੇ ਆ ਕੇ ਲੀ ਉੱਠ ਖੜੀ, ਗੋਲੀਆਂ ਲਿਆ ਕੇ ਦੇਵਾਂ ਮੈਨੂੰ ਜੇ ਡਾਕਟਰ ਹੋਊਗਾ ਤਾਂ, ਚਾਬੀ ਕਿੱਧਰ ਗਈ ਅਮਨਾ, ਆਹ ਚਾਬੀ ਲਈ ਮੈਂ ਦੇਖ ਕੇ ਇੱਥੋਂ, ਲੈ ਮੋਬਾਈਲ 'ਚ ਬੜੀ ਬੈਠੀ ਆ, ਲੈ ਹੌਲੀ ਜਿਹੀ ਹੋ ਗਏ ਹੁਣ, ਇਹਨੇ ਗੋਲੀ ਗੋਲੀ ਲੈ ਆਊਗਾ, ਸੈੱਟ ਆ ਜੂ ਕੰਮ, ਉਹ ਡੱਬਾ ਤਾਂ ਮੈਂ ਨਾਲ ਹੀ ਚੱਕ ਲਿਆ, ਵਾਹ ਪਿਆ ਹੁਣ ਸੈੱਟ ਜਿਹਾ ਹੋਇਆ ਪ੍ਰੋਗਰਾਮ, ਜੇ ਦਵਾਈ ਲੈ ਕੇ ਆ ਗਏ ਹੋਏ ਜਵਾਕ ਜਾ ਤਾਂ ਵੀ ਚੰਗੀ ਗੱਲ ਹੈ, ਲੈ ਜੇ ਕਿਸੇ ਨੂੰ ਕਬਜ਼ੀ ਹੋਵੇ ਨਾ ਸਾਡੇ ਪ੍ਰਾਹੁਣੇ ਕੋਲੇ ਭੇਜਦਾ ਕਰਾਂਗੇ, ਵੀ ਭਾਈ ਉਹ ਦਿੰਦਾ ਦਵਾਈ, ਤੰਦਰਾ ਖੱਟੀ ਸ਼ਰਾਬ ਪਿਆ ਕੇ ਤੰਦਰੇ ਧੋ ਕੇ ਰੱਖਦਾ, ਅਮਨਾ ਮੋ ਸਕੂਟਰੀ ਦੀ ਚਾਬੀ ਕਿੱਥੇ ਆ, ਮੈਨੂੰ ਕੀ ਪਤਾ ਨਹੀਂ, ਤੁਹਾਨੂੰ ਪਤਾ ਹੋਣਾ, ਉਹ ਤੁਹਾਡੇ ਕੋਲ ਨਹੀਂ ਗਿਆ, ਉਹ ਸਕੂਟਰੀ ਦੀ ਚਾਬੀ ਪਤਾ ਨਹੀਂ ਕਿੱਧਰ ਗਈ, ਉੱਥੇ ਵਿੱਚ ਤਾਂ ਪਈ ਸੀਗੀ, ਮੈਂ ਆਪ ਦੇਖੀ ਆ, ਮੈਂ ਕੀ ਕਰਾਉਣੀ ਆ ਚਾਬੀ ਜੀ, ਮੈਂ ਕਿਹੜਾ ਸਕੂਟਰੀ ਚਲਾਉਣੀ ਆ, ਤੁਹਾਨੂੰ ਪਤਾ ਹੋਣਾ ਵੀ ਕਿੱਥੇ ਰੱਖੀ ਆ, ਸਵੇਰੇ ਜਿਹੜੇ ਕੱਪੜੇ ਧੋਤੇ ਤੂੰ ਲੋਟੀ ਛੱਡ ਦੇ, ਕਿਤੇ ਮਸ਼ੀਨ ਦੇ ਵਿੱਚ ਹੀ ਤਾਂ ਨਹੀਂ ਟਪਾਤੀ, ਨਾ ਨਾ ਮੈਂ ਮੋਟੇ ਦਿਮਾਗ ਦੀ ਥੋੜਾ ਹੋਗੀ, ਓਹੋ ਚਾਬੀ ਸਕੂਟਰੀ ਦੀ, ਹਾਂ ਉਹ ਯਾਰ ਮੁੰਡਾ ਦਾ ਮੈਂ ਕੱਢ ਲਿਆ ਸੀ ਯਾਰ, ਮੈਨੂੰ ਤਾਂ ਠੋਕ ਚਾਚਾ, ਤੂੰ ਦੱਸ ਤਾਂ ਦਿੰਦਾ ਤੇਰਾ ਵੀ ਸਰੀ ਪਿਆਗਾ, ਮੈਂ ਤਾਂ ਉੱਥੇ ਭਾਲੀ ਜਾਂਦਾ, ਉਹ ਤੂੰ ਸੇਤੀ ਕਰ ਯਾਰ, ਮੈਨੂੰ ਦੁਬਾਰੇ ਭੱਜਣਾ ਪੁੱਧਰ, ਲੈਟਰਿੰਗ ਕਰਨੀ ਪੁੱਤਰ, ਤੇਰਾ ਉੜੀ ਨੜੀ ਜਾਂਦਾ, ਤੇਰਾ ਵੀ ਮੋਟਾ ਦਿਮਾਗ ਹੀ ਆ ਚਾਚਾ ਯਾਰ ਮੈਨੂੰ ਲੱਗਦਾ, ਹੋਰ ਉਹ ਨਾਲੇ ਡਾਕਟਰ ਨੂੰ ਐ ਕਹਿੰਦੀ, ਕਹਿੰਦੇ ਨਾਲ ਤਾਂ ਟੱਟੀਆਂ ਲੱਗ ਰਹੀਆਂ ਨੇ, ਨਾਲੇ ਮਿੰਨੇ ਮਿੰਨੇ ਪੱਦ ਜੇ ਆਉਂਦੇ ਨੇ ਨਾਲ, ਓਹੋ ਚਾਚਾ ਮਾੜੀ ਮੋਟੀ ਸ਼ਰਮ ਵੀ ਮੰਨ ਲਿਆ ਕਰ ਨੂੰ ਦੀ, ਵੀ ਕੀ ਬੋਲਣਾ ਕੀ ਬੋਲੀ ਜਾਂਦਾਗਾ, ਲੈ ਇਹ ਕਾਹਦੀ ਸ਼ਰਮ ਆ ਭਾਈ, ਬਿਮਾਰੀ ਤਾਂ ਸਾਰੀ ਖੁੱਲ ਕੇ ਦੱਸਣੀ ਚਾਹੀਦੀ ਆ, ਕੱਲ ਨੂੰ ਅੰਦਰ ਕੁਛ ਹੋਰ ਬਣ ਕੇ ਬਹਿ ਜੇ, ਲੈ ਲੱਗੀਆਂ ਤਾਂ ਟੱਟੀਆਂ ਦੇ, ਹੋਰ ਨਾ ਕੁਛ ਬਣ ਜੇ ਤੇਰੇ ਕੋਲ, ਜਾ ਜਾ ਕੇ ਪੈ ਜਾ ਅੰਦਰ, ਆ ਕੱਪੜੇ ਧੋ ਦੇ ਭਾਈ, ਸੌਰੀ ਤੂੰ ਵੀ ਆਪਦੀ ਮਰੀ ਜਾਂਦੀ ਆ, ਆਪਦੀਆਂ ਮਾਰਦੀਆਂ ਮੈਂ, ਜਮੀ ਨਹੀਂ ਬੋਲਣ ਦਾ ਪਤਾ, ਬਿਮਾਰੀ ਤਾਂ ਸਾਰੀ ਖੁੱਲ ਕੇ ਦੱਸਣੀ ਚਾਹੀਦੀ ਆ ਡਾਕਟਰ ਨੂੰ, ਤੂੰ ਆਪ ਵਗ ਜਾ ਵੀ ਡਾਕਟਰ ਕੋਲੇ ਜੇ ਬਿਮਾਰੀ ਦੱਸਣੀ ਆ, ਸੋਚ ਸਮਝ ਕੇ ਬੋਲਣਾ ਚਾਹੀਦਾ ਕਦੇ ਵਾਸਤੇ, ਲੈ
ਆ ਤਾਂ ਬਾਹਲੀ ਵਧੀਆ ਗੱਲ ਹੋ ਗਈ। ਚੱਲ ਸਿੱਧੂ ਮੂਸੇਵਾਲੇ ਨੇ ਤਾਂ ਮੁੜ ਕੇ ਆਉਣਾ ਨੀ, ਚੱਲ ਛੋਟਾ ਭਰਾ ਤਾਂ ਉਹਦਾ ਆ ਗਿਆ, ਵਿਚਾਰਿਆਂ ਦੀ ਜ਼ਿੰਦਗੀ ਸੌਖੀ ਲੰਘ ਜੂਗੀ ਜਿਹੜੇ 10-20 ਸਾਲ ਹੈਗੇ ਨੇ। ਲੈ ਉਹ ਬਾਗੀ ਲਾਈਟ, ਇਹਨਾਂ ਦਾ ਬਹਿ ਜੇ ਬੇੜਾ ਕੰਜਰਾਂ ਦਾ, ਗਰਮੀ ਗਰਮੀ ਲਾਈਟ ਪਜਾ। ਲੈ ਭਾਈ ਲਾਈਟ ਬਾਗੀ ਤਾਂ ਮੰਜਾ ਛੱਡ, ਮੈਂ ਤਾਂ ਇੱਥੇ ਪੈਣਾ। ਚਾਚਾ ਤੂੰ ਹੋਰ ਡਾਲ ਨਾ, ਤੂੰ ਆਹ ਲੈ ਜਾ ਭਾਈ ਆਪਦਾ ਕੱਪੜੇ ਧੋ। ਮੈਂ ਕਿਹਾ ਚਾਚਾ ਤੂੰ ਟਿਕੇ ਨਾ ਟਿਕਣ ਦੇ, ਮੈਂ 10 ਮਿੰਟ ਆਰਾਮ ਕਰਦੀ। ਲਾਈਟ ਬਾਗੀ ਹੁਣ ਗਰਮੀ ਵਾਲੀ ਅੰਦਰ, ਇੱਥੇ ਜਾ ਕੇ ਹੋਰ ਡਾਲ ਲੈਂਦਾ। ਚੱਲ ਕੋਈ ਮੈਂ ਤਾਂ ਚਾਚਾ ਟਿਕਦਾ ਨਾ ਟਿਕ। ਆ ਗਿਆ ਓਏ 10 ਮਿੰਟ ਆਰਾਮ। ਲੈ ਗਿਆ, ਲੈ ਆਇਆ ਗੋਲੀਆਂ, ਲੈ ਆਇਆ ਗੋਲੀਆਂ ਦਾ ਮੈਂ। ਅੱਛਾ ਹੋਰ ਆ, ਮੈਂ ਤਾਂ ਔਖਾ ਹੀ ਹੋਇਆ ਪਿਆ। ਬਿਮਾਰੀ ਤਾਂ ਸਾਰੀ ਦੱਸਣੀ ਚਾਹੀਦੀ ਡਾਕਟਰ ਨੂੰ, ਮਾਗਲ ਫਿਰ ਦਵਾਈ ਥੋੜਾ ਕਹਿਣਾ ਸੀ ਜੱਕ ਮੈਂ ਦੱਸਤਾ ਸੀ ਉਹਨੂੰ। ਓਹ ਲੈ ਤੁਸੀਂ ਤਾਂ ਆ ਹੀ ਉਹੀ ਗੱਲ, ਪਾਣੀ ਦਵਾਈ ਲੈ ਲਾ ਉਹਦੀ, ਮੈਂ ਤਾਂ 10 ਮਿੰਟ ਰੈਸਟ ਕਰਦੀ ਆ। ਲੈ ਕੱਢ ਕੇ ਦੇਵਾਂ ਤੈਨੂੰ। ਹੋਰ ਆ, ਮਤਲਬ ਦੋ ਵਾਰੀ ਆਇਆ ਹੁਣ ਹੱਥ ਨੇ ਨਾ ਪੀਣ ਵਾਲੀ ਮੇਰੀ ਗੱਲ ਸੁਣ। ਨਾ ਨਹੀਂ ਪੀਂਦਾ ਹੁਣ ਉਹ ਪ੍ਰੋਬਲਮ, ਜੇ ਕੋਈ ਖੱਟੀ ਸੜੀ ਸ਼ਰਾਬ ਸੀ ਉਹ ਚੱਲ ਉਹਨੂੰ ਕੋਈ ਦੋਸ਼ ਦਿੰਦਾ ਯਾਰ। ਓਏ ਹੋਰ ਮਤਲਬ ਲੈ ਜਾ ਚੱਲ, ਨਾ ਲੈ ਜਾ ਚੱਲ ਨਾ ਨਾਲੇ ਹੋਰ ਨਾ ਉਹਨਾਂ ਤਾਂ ਧਰੂਗਾ, ਉਹ ਤਾਂ ਤੂੰ ਦੇਖਣੀ ਨਾ ਪੀਣ ਵੇਲੇ। ਹੁਣ ਹੱਥ ਨੇ ਨਾ ਪੀ, ਨਹੀਂ ਪੀਂਦਾ ਹੋਰ। ਨਾਲੇ ਚਾਚਾ ਮੇਰੀ ਗੱਲ ਸੁਣ ਲੈ, ਆਪਾਂ ਨੂੰ ਕਿਸੇ ਪਾਰਟੀ ਵਿੱਚ ਹਿੱਸਾ ਲੈਣ ਦੀ ਲੋੜ ਨਹੀਂ ਹੁਣ, ਵੋਟਾਂ ਕਰਕੇ ਕੋਈ ਮਰਜ਼ੀ ਆਵੇ ਕੋਈ ਜਾਵੇ, ਠੀਕ ਹੈ? ਆਪਾਂ ਦਾ ਕੀ ਲੈ ਲੈਣਾ ਤੂੰ? ਆਹੋ, ਕਿਸੇ ਨੂੰ ਚੰਗੀ ਕਿਸੇ ਨੂੰ ਮਾੜੀ ਕਹਿਣ ਦੀ ਲੋੜ ਨਹੀਂ ਹੈਗੀ। ਨਾ ਨਾ ਨਾ, ਆਪਾਂ ਨੂੰ ਕਿਸੇ ਦੇ ਮਗਰ ਜਾਂਦੇ ਹੁਣ ਤਾਂ ਸਾਰੇ ਮਿੰਤਾ ਕਰਨਗੇ ਨਾਲੇ। ਉਹ ਤਾਂ ਤੇਰੇ ਪਹਿਲੇ ਨਾ ਤਾਂ ਆਪਣੀ ਕਿਸੇ ਨੇ ਗਲੀ ਬਣਵਾਈ ਆ, ਨਾ ਬਣਵਾਈ ਆ ਨਾਲੀ, ਉਹ ਦੇਖ ਲੈ ਨਰਕ ਬਣਿਆ ਪਿਆ ਬਾਹਰ ਕੇ। ਉਹੀ ਤਾਂ ਗੱਲ ਹੈ, ਉਦੋਂ ਕਰਦੇ ਨੇ ਆਹ ਕਰ ਦਾਂਗੇ ਤੁਹਾਡਾ ਵਾਹ ਕਰ ਦਾਂਗੇ। ਮੜਾ ਬੱਲੇ ਦਾ ਫੋਨ ਆ ਜਾਂਦਾ, ਬੋਲੀ ਨਾ ਚੰਗਾ। ਹੈਲੋ ਹੈਲੋ, ਹਾਂਜੀ ਹਾਂਜੀ ਰਣਜੀਤ। ਹਾਂ ਬਾਈ, ਕਿਵੇਂ ਹੋ? ਵਧੀਆ ਬਾਈ, ਠੀਕ ਠਾਕ, ਤੁਸੀਂ ਸੁਣਾਓ ਜੀ? ਹੋਰ ਘਰ ਪਰਿਵਾਰ ਠੀਕ ਆ? ਵਧੀਆ ਬਾਈ, ਚੜ੍ਹਦੀ ਕਲਾ। ਉਹ ਤਾਂ ਮੈਂ ਤੁਹਾਨੂੰ ਐਂ ਕਹਿਣਾ ਸੀ ਕਿ ਮੈਂ ਵੋਟਾਂ 'ਚ ਖੜਾ ਹੋ ਰਿਹਾ। ਹਾਂ ਹਾਂ, ਲੱਗਿਆ ਸੀ ਮੈਨੂੰ ਤੇਰੇ ਬਾਰੇ ਪਤਾ, ਇਹੀ ਗੱਲਾਂ ਕਰੀ ਜਾਂਦੇ ਸੀ ਮੈਂ ਤੇ ਚਾਚਾ। ਅੱਛਾ ਅੱਛਾ, ਹਾਂ ਮੈਂ ਸਾਰੀ ਪਿੰਡ ਦੀ ਸਹਿਮਤੀ ਨਾਲ ਹੀ ਖੜਾ ਹੋਇਆ। ਠੀਕ ਆ ਬਾਈ, ਫੇਰ ਵੀ ਤੁਸੀਂ ਮੇਰਾ ਧਿਆਨ ਰੱਖੋ ਪੂਰਾ। ਨਾ ਨਾ ਕੋਈ ਗੱਲ ਨਹੀਂ ਬਾਈ, ਤੇਰੇ ਨਾਲ ਆ, ਮੈਂ ਚਿੰਤਾ ਹੀ ਨਾ ਕਰ ਕਿਸੇ ਗੱਲ ਦੀ। ਹਾਂ, ਸੋਡਾ ਜਿਹੜਾ ਕੰਮ ਉਹ ਮੈਂ ਕਰਾਉਂਗਾ, ਨਾਲੀਆਂ ਬਣਵਾਉਣ ਵਾਲੀਆਂ ਉਹ ਬਣਾਉਂਗਾ। ਹਾਂ, ਕੋਈ ਲਿਮਿਟ ਰਹਿੰਦੀ ਆ ਉਹ ਵੀ ਸੋਡੀ ਮੈਂ ਉਹ ਕਰਵਾ ਦੂੰਗਾ, ਮਾਫ। ਕੋਈ ਗੱਲ ਨਹੀਂ, ਕੋਈ ਗੱਲ ਨਹੀਂ ਬਾਈ। ਹਾਂ ਠੀਕ ਆ, ਤੇ ਸੋਡੇ ਘਰੇ ਦਾਰੂ ਦੀ ਲੋੜ ਆ, ਦਾਰੂ ਪਜਾ ਦੂੰਗਾ ਦੋ ਬੋਤਲਾਂ। ਨਾ ਨਾ, ਦਾਰੂ ਆਪਾਂ ਕੀ ਕਰਾਉਣੀ ਆ, ਤੇ ਹੋਰ ਕੋਈ ਕੰਮ ਆ ਉਹ ਕਰਾ ਦੂੰ ਸੋਡਾ। ਕੋਈ ਨੀ ਬਾਈ, ਕੋਈ ਗੱਲ ਨੀ, ਬਸ ਆਪਣਾ ਤਾਂ ਚੱਲ ਕੋਈ ਨੀ, ਆਪਣੇ ਕੰਮ ਧੰਦੇ ਜਿਹੜੇ ਕੋਈ ਗਲੀਆਂ ਨਾਲੀਆਂ ਵਾਲੇ ਬਸ ਇਹੀ ਬਣਾ ਦੀ ਯਾਰ, ਬਾਹਰ ਕੇ ਪਾਣੀ ਖੜਾ, ਗਾਰਾ ਬੁਰੇ ਹਾਲ ਆ ਯਾਰ। ਨਾ ਨਾ, ਕਰਾ ਦੂੰਗਾ ਕਰਾ ਦੂੰਗਾ। ਹੋਰ ਧਿਆਨ ਰੱਖੋ ਤੁਸੀਂ ਮੇਰੇ। ਕੋਈ ਨੀ ਕੋਈ ਨੀ ਬਾਈ, ਠੀਕ ਆ, ਧਿਆਨ ਚ ਹੀ ਆ, ਮੈਂ ਤੁਹਾਡਾ ਧਿਆਨ ਰੱਖੂ, ਤੁਸੀਂ ਮੇਰਾ ਧਿਆਨ ਰੱਖੋ। ਕੋਈ ਨੀ ਕੋਈ ਨੀ ਬਾਈ, ਆ ਜਿਹੜੀ ਮਗਰੋਂ ਗੱਲ ਕਹੀ ਆ ਇਹ ਵੀ ਧਿਆਨ ਚ ਰੱਖੀ। ਨਾ ਨਾ, ਧਿਆਨ ਚ ਰੱਖੂ ਜਾਂ ਪੂਰੀ ਰੱਖੂ ਧਿਆਨ? ਹਾਂ, ਕਿਤੇ ਭੁੱਲ ਜੇ ਮੌਕੇ ਤੇ। ਕੋਈ ਨਾ ਬਾਈ, ਕੋਈ ਗੱਲ ਨੀ, ਠੀਕ ਆ ਜੀ, ਚੰਗਾ ਚੰਗਾ। ਆ ਦੇਖ ਲਓ ਜੀ, ਹੁਣ ਕੀੜੀਆਂ ਦੇ ਘਰੇ ਨਰਾਇਣ ਆਉਣਗੇ। ਹੁਣ ਤਾਂ ਮਿੰਤਾ ਕਰਦਾ, ਦੇਖ ਲਾਇਆ ਨਾ ਫੋਨ, ਤੈਨੂੰ ਕਿਹਾ ਸੀ ਵੀ ਬੇਬੇ ਗੁੱਡੀ ਆ ਕੇ ਗਈ ਸੀ। ਜੀ ਜੀ ਕਰਦਾ ਹੁਣ, ਦੇਖ ਲਾਇਆ ਨਾ, ਐਵੇਂ ਥੋੜਾ ਜੀ ਜੀ ਕਰਦਾ ਅਗਲਾ। ਮਾਗਰੋ ਲੈ ਕੇ ਚਾਚੇ ਨੂੰ ਤਾਂ ਦਾਰੂ ਦੀ ਪੀਏ, ਤੂੰ ਲੈ ਲੈ। ਉਹ 100 ਰੁਪਏ ਜਿਹੜਾ ਫੜਾਉਂਦਾ ਉਹਦਾ ਫੜ ਲਓ, ਮਾਗਰੋ ਇਹ ਕੁਛ ਨਹੀਂ ਦਿੰਦੇ। ਹਾਂ, ਪੈਸੇ ਕਹੋ ਵੀ ਸਾਨੂੰ ਤਾਂ ਪੀਂਦੇ ਨਹੀਂ ਹੈਗੇ। ਮੈਂ ਕਿਸੇ ਨੂੰ ਜਵਾਬ ਦਿੱਤਾ ਫਿਰ, ਆਪਣੀ
ਆਪਣੀ ਕੀਮਤ ਆਪਾਂ ਦਾਰੂ ਦੀ ਬੋਤਲ ਨੀ ਲੈਣੀ ਹੈਗੀ ਨਾਲੇ। ਠੀਕ ਆ, ਜੇ ਕੋਈ 10-20 ਹਜ਼ਾਰ ਰੁਪਇਆ ਦਿੰਦਾ ਬੋਟ ਮਗਰ, ਚਲੋ ਆਪਾਂ ਐ ਨੀ ਕਹਿੰਦੇ, ਫਿਰ ਲੈ ਲਓ ਫਿਰ, ਜਦੋਂ ਇਹ ਤਾਂ ਕੰਮ ਨੀ ਕਰਦੇ ਹੈਗੇ, ਮੁੜ ਕੇ ਤਾਂ ਇੱਥੇ ਆਉਂਦੇ ਨੀ ਹੈਗੇ, ਇੱਥੇ ਨੀ ਆਉਂਦੇ ਤੈਨੂੰ ਇਹ, ਇੱਥੇ ਆਉਂਦੇ ਮੁੜ ਕੇ? ਨਾ ਮੁੜ ਕੇ, ਮੇਰਾ ਫੋਨ ਵੀ ਨੀ ਚੱਕਦੇ। ਲੈ ਫੋਨ ਕਿਹੜਾ ਬੰਦੇ ਨੂੰ, ਲਾਰਾਂ ਤੇ ਰੱਖਦੇ ਆ, ਡਾਕ ਚੌਂਕੇ ਤੇ ਰੱਖਦੇ ਆ। ਆ ਦੇਖ ਲੈ ਪਿੰਡ, ਆਪਣੇ ਪਿੰਡ ਦੀ ਲਾ ਲੈ, ਨਾਲੀਆਂ ਮੀਂਹਾਂ ਸਾਰੇ ਲਵੇ ਲੋੜੇ ਪੱਪੀਆਂ ਨੇ, ਸਾਰੇ ਪਿੰਡਾਂ 'ਚ ਦੇਖ ਲੈ ਕਿੰਨੀਆਂ ਵਧੀਆ ਸੜਕਾਂ ਬਣਾਈਆਂ ਪਈਆਂ। ਆਪਣੇ ਤਾਂ ਕੋਈ ਕੰਮ ਨੀ ਕਰਦੇ, ਪਹਿਲਾਂ ਨੇ ਕਿਹੜਾ ਰੰਗ ਲਾਤੇ? ਉਹੀ ਤਾਂ ਕਹੀ ਜਾਂਦਾਗਾ ਇਹਦਾ। ਮੈਂ ਚਾਚਾ ਮੇਰੀ ਗੱਲ ਸੁਣ, ਇੱਕ ਗੱਲ ਹੋਰ ਆ ਨਾ, ਜਿਹੜੇ ਬੰਦੇ ਨੇ 20-30 ਲੱਖ ਰੁਪਇਆ ਲਾ ਕੇ ਸਰਪੰਚੀ ਲਈ, ਉਹ ਭਲਾ ਮੈਨੂੰ ਇੱਕ ਗੱਲ ਦੱਸੋ, ਉਹ ਆਪਣੇ ਫ੍ਰੀ 'ਚ ਕੰਮ ਕਿਉਂ ਕਰੂਗਾ? ਨਹੀਂ ਕਰਦਾ, ਨਹੀਂ ਕਰਦਾ, ਕੀ ਕਰਨਾ ਉਹ ਪਹਿਲਾਂ ਨੇ ਕੀ ਕਰਤਾ? ਕੋਈ ਗੱਲ ਮਸਾ ਖਾਇਆ ਸੀ, ਚੱਲ ਗਰੀਬ ਘਰ ਦਾ, ਇਹਦਾ ਪਹਿਲਾਂ ਆਪਦੇ ਪੈਸੇ ਪੂਰੇ ਕਰਨਗੇ, ਆਪਦੇ ਪੂਰੇ ਕੀ ਉਦੋਂ ਚੌਗਣੇ, ਸਾਰੇ ਜਾਇਦਾਦਾਂ ਬਣਾ ਕੇ ਫੇਰ ਮਗਰੋਂ ਕਹਿੰਦੇ ਨੇ ਜਦ ਸਾਡੇ ਤਾਂ ਗਰੰਟੀ ਨਹੀਂ ਆਈ, ਆਏ ਨਹੀਂ ਹੋਇਆ। ਉਹੀ ਤਾਂ ਗੱਲ ਹੈ, ਫਿਰ ਚੋਣ ਜਾਬਤਾ ਲੱਗ ਗਿਆ, ਐਂ ਹੋ ਗਿਆ, ਵਾਹ ਹੋ ਗਿਆ ਹੈ। ਤਾਂ ਹੀ ਮੈਂ ਤੈਨੂੰ ਕਹਿੰਦਾ ਵੀ ਆਪਾਂ ਆਪਦੀ ਕੀਮਤ ਆਪ ਪਾਉਣੀ ਆ ਨਾਲੇ, ਠੀਕ ਹੈ? ਐਵੇਂ ਕਿਸੇ ਦੇ ਮੰਗ ਲੱਗ ਕੇ ਵੀ ਇਹਨੂੰ ਵੋਟ ਪਾਉਣੀ ਆ ਜਾਂ ਇਹਨੂੰ ਪਾਉਣੀ ਆ, ਕਿਸੇ ਦੇ ਮੰਗ ਲੱਗਣ ਦੀ ਲੋੜ ਨਹੀਂ। ਨਾ ਨਾ, ਹੁਣ ਤੱਕ ਮੈਂ ਤੇਰੇ ਮੰਗ ਲੱਗ ਕੇ ਵੋਟ ਪਾਈ ਆ, ਹੁਣ ਤੂੰ ਮੇਰੀ ਗੱਲ ਸੁਣਨੀ ਆ, ਠੀਕ ਹੈ? ਜਿੱਥੇ ਤੂੰ ਕਹੇਗਾ ਮੈਂ ਤਾਂ ਉੱਥੇ ਪਾਉਂਗਾ। ਆਹੋ, ਠੀਕ ਆ, ਚੱਲ ਹੁਣ ਵੋਟ ਸਿਲਸਿਲਾ ਜਾਰੀ ਰੱਖੋਗੇ, ਕੋਈ ਕੰਮ ਕਰ ਲਓ। ਚੱਲ ਕਰ ਲੈ ਕੰਮ ਧੰਦਾ, ਫਿਰ ਮੈਂ ਤਾਂ ਸਾਥ 'ਚ ਜਾਣਾ ਤਾਂ ਤੂੰ। ਮੈਂ ਬੂਟੇ ਕੋਲੇ ਜਾ ਕੇ ਆਉਣਾ, ਮੈਂ ਤਾਂ ਦਵਾਈ ਜੀ ਲੈ ਕੇ ਆਉਣਾ ਉਹਦੇ ਤੇ ਪਾ। ਉਹ ਹੱਥ ਨੇ ਕਰਾਂਗੇ, ਉਹ ਤਾਂ ਠੰਡੇ ਹੋਏ। ਚੰਗਾ, ਠੀਕ ਆ, ਚੰਗਾ। ਹੋਰ ਆ ਜੀ ਤੂੰ ਹੱਥ ਨੇ ਮੇਰੇ ਕੋਲ ਦਵਾਈ ਰੱਖ ਲੈ, ਮੈਂ ਤਾਂ ਖੇਡ ਆਵਾਂ ਦੋ ਮਿੰਟ। ਰੋਟੀ ਤਾਂ ਨਹੀਂ ਖਾਣੀ? ਨਾ ਬਸ। ਨਾ ਘਰਾਂ 'ਚ ਵੀ ਜਾਈ ਆਉਣਾ, ਫਿਰ ਵੀ ਇਕੱਠੇ ਬਣੇ ਮੈਂ ਤੇ ਰਣਜੀਤ, ਇੰਨੀ ਕੁ ਤਾਂ ਮੰਨੂਗਾ। ਚੱਲ ਇਹ ਤਾਂ ਪਾਉਣਗੇ ਆਪਾਂ ਨੂੰ ਵੋਟ ਸਾਰੇ, ਲੈ ਜੇ ਘਰੀ ਹੋਵੇ ਤਾਂ ਬੜੀ ਸੋਹਣੀ ਗੱਲ ਆ। ਸਰਪੰਚੀ ਕਢਾਈ ਮਿਲ ਜਾਂਦੀ ਆ, ਮਿਹਨਤ ਬਹੁਤ ਕਰਨੀ ਪੈਂਦੀ ਆ। ਰਣਜੀਤ, ਰਣਜੀਤ ਆ ਗਿਆ ਬਾਈ, ਸੰਦੀਪ ਆ ਗਿਆ। ਹੋਰ ਠੀਕ ਆ ਬਾਈ? ਵਧੀਆ ਬਾਈ, ਠੀਕ ਠਾਕ। ਆਹ ਕੁਰਸੀ ਲੈ ਲੈ, ਬਹਿ ਜਾ। ਹੋਰ ਘਰ ਪਰਿਵਾਰ ਠੀਕ ਆ? ਵਧੀਆ ਚੜ੍ਹਦੀ ਕਲਾਈ। ਚਲੋ ਵਧੀਆ, ਚੰਗੀ ਗੱਲ, ਮਾਰ ਹੀ ਲੈ ਗੜਾ ਫਿਰ। ਮਹਾ ਜਾਈਏ ਬਾਈ ਕੋਲੇ ਵੀ, ਵੋਟਾਂ ਟਾਈਮ ਹੈਗਾ। ਹਾਂ ਹਾਂ, ਹੋਰ ਜਵਾਕ ਜਿਹੜੇ ਠੀਕ ਆ ਬਾਈ? ਜਵਾਕ ਵਧੀਆ ਠੀਕ ਠਾਕ ਆ, ਜਵਾਕ ਆਪਣੇ ਇੱਥੇ ਨਮੋਦਾ ਸਕੂਲ 'ਚ ਪੜ੍ਹਦੇ ਫਫੜੇ ਭਾਈ ਕੇ। ਵਧੀਆ ਵਧੀਆ, ਚਲੋ ਠੀਕ ਆ। ਉਹ ਸਕੂਲ 'ਚ ਹੀ ਰਹਿੰਦੀ ਆ? ਹਾਂ ਵਧੀਆ, ਠੀਕ ਠਾਕ ਆ। ਠੀਕ ਠੀਕ, ਤੂੰ ਸੁਣਾ ਆਪਣੇ ਬੱਚੇ ਠੀਕ ਆ? ਹਾਂ ਚੱਲ ਜੀ, ਸ੍ਰੀ ਅਕਾਲ ਜੀ, ਹੋਰ ਠੀਕ ਹੋ ਜੀ? ਠੀਕ ਠਾਕ ਬਾਈ, ਚਾਹ ਬਣਾਵਾਂ ਬਾਈ? ਨਾ ਨਾ ਜੀ, ਬਸ ਚਾਹ ਦਾ ਧੰਨਵਾਦ ਜੀ। ਸਰਪੰਚੀ 'ਚ ਉੱਠਣਾ ਫਿਰ ਹੈ? ਹਾਂ ਫਿਰ, ਤੈਨੂੰ ਪਤਾ ਜੀ ਸਾਰੇ ਬੰਦੇ ਉੱਠ ਰਹੇ ਯਾਰ, ਕੰਮ ਤਾਂ ਕੋਈ ਕਰਕੇ ਰਹਿ ਜੀ, ਮੈਂ ਵੀ ਅੱਖ ਕੇ ਪੰਗਾ ਲੈਂਦਾ ਗਾ। ਆਹੋ, ਆਦਿ ਖੜਾਉਂਗਾ ਫਿਰ। ਅੱਛਾ ਅੱਛਾ, ਹਾਂ ਮੈਂ ਤਾਂ ਲੱਭਿਆ ਹੀ ਆਇਆ ਸੀ ਬਾਈ ਬਣ ਕੇ ਵੀ ਤੂੰ ਮੇਰੀ ਸਪੋਰਟ ਕਰੀ ਯਾਰ। ਸਪੋਰਟ ਆਪਾਂ ਤਾਂ ਕਰਦੇ ਹਾਂ, ਕੋਈ ਗੱਲ ਨੀ ਬਾਈ ਯਾਰ, ਕੋਈ ਚੱਕਰ ਵਾਲੀ ਗੱਲ ਨੀ। ਹੁਣ ਐ ਮੰਨ ਲਾ ਵੀ ਤੂੰ ਬੱਲਾ ਸਾਡੇ ਚਾਚੇ ਤਾਇਆ ਦਾ ਮੁੰਡਾ, ਸ਼ਰੀਕੇ 'ਚੋਂ ਆ ਸਾਡੇ 'ਚੋਂ, ਹੁਣ ਕਰਕੇ ਬੇਬੇ ਗੁੱਡੀ ਵੀ ਆ ਕੇ ਗਈ ਸੀ, ਬੱਲੇ ਨੇ ਭੇਜਿਆ ਹੋਊਗਾ, ਉਦੋਂ ਪਹਿਲਾਂ ਤਾਈ ਵੀ ਆ ਕੇ ਗਈ ਬੱਲੇ ਦੀ ਬੇਬੇ। ਠੀਕ ਹੈ, ਤੇ ਬੱਲੇ ਦਾ ਫੋਨ ਆਇਆ। ਹੁਣ ਜਿਹੜੇ ਆਪਣੇ 3-4 ਬੰਦੇ ਸਰਪੰਚ ਪਿੰਡ 'ਚ ਉੱਠਣਗੇ, ਸਾਰਿਆਂ ਦੇ ਉਦੋਂ ਪਹਿਲਾਂ ਫੋਨ ਆ ਗਏ। ਠੀਕ ਆ, ਹਾਂ ਠੀਕ ਆ ਬਾਈ, ਤੈਨੂੰ ਪਤਾ ਉਹ ਬੰਦਿਆਂ ਦੀ ਕਹਾਣੀ ਵੀ ਤੈਨੂੰ ਮੈਂ ਦੱਸਦਾ, ਹੁਣ ਉਹਨਾਂ ਮਗਰ ਤਾਂ ਤਕੜੇ ਤਕੜੇ ਬੰਦੇ ਨੇ। ਆਹੋ, ਇਹੀ ਕਹਿੰਦਾ ਮੈਂ ਤੈਨੂੰ, ਮੈਨੂੰ ਹੁਣ ਉਹ ਕਹਿੰਦੇ ਬਾਈ ਜੇ ਕੋਈ ਪੈਸੇ ਟੈਕੇ ਦੀ ਲੋੜ ਹੈ ਤਾਂ ਪੈਸਾ ਟੈਕਾ ਦੱਸ ਦੇ। ਠੀਕ ਹੈ, ਵੀ ਡੇਲੀ ਦੀ ਡੇਲੀ ਸ਼ਰਾਬ 2 ਬੋਤਲਾਂ ਤੁਹਾਡੇ ਘਰੇ ਆ ਜਾ ਕਰਨਗੀਆਂ। ਨਾ 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 ਬਾਈ, ਤੈਨੂੰ ਪਤਾ ਆਪਣੀ ਐਡੀ ਪਹੁੰਚ ਤਾਂ ਹੈ ਨੀ 2 ਬੋਤਲਾਂ ਦੀ, ਹਨਾ। ਮੈਂ ਤਾਂ ਇੱਕ ਆਇਆ ਵੀ ਹਾਂ ਕੱਲ ਨੂੰ ਵਾਹਿਗੁਰੂ ਦੀ ਕਿਰਪਾ ਨਾਲ ਮੈਂ ਸਰਪੰਚ ਬਣਦਾ, ਜਿਹੜੇ ਮਰਜ਼ੀ ਕੰਮ ਨੂੰ ਮਰਜ਼ੀ ਕਹਿ ਦਿਓ ਉਹੀ ਕੰਮ ਕਰਕੇ ਦਿਖਾਊਂਗਾ ਮੈਂ। ਉਹ ਤਾਂ ਠੀਕ ਹੈ ਗੱਲ, ਹਾਂ ਬਾਕੀ ਜਿਹੜੇ ਕੰਮ ਹੁਣ ਰੁਕੇ ਹੋਏ ਨੇ ਆਪਾਂ ਉਹ ਵੀ ਤੈਨੂੰ ਵਧੀਆ ਕਰਕੇ ਦਿਖਾਵਾਂ ਪਿੰਡ ਦੇ ਵਿੱਚ। ਨਾ ਨਾ ਕੋਈ ਗੱਲ ਨਹੀਂ, ਸਾਡੇ ਵੀ ਫਿਕਰ ਲਗਾ, ਸਾਡੇ ਬਿਨਾਂ ਚਿੰਤਾ ਨਾ ਕਰਾ। ਨਾ ਤਾਂ ਆਪਣੇ ਕੋਲੇ ਬਈ ਅੱਜ ਪੰਜੀ ਲਾਉਣ ਨੂੰ ਹੈਗੀ ਆ ਨਾ, ਨਾ ਕੱਲ ਨੂੰ ਹੈਗੀ, ਉਹ ਤਾਂ ਕੱਲ ਨੂੰ ਜੇ ਵਾਹਿਗੁਰੂ ਕਿਰਪਾ ਕਰਦਾ ਗਾ ਤੇ ਤੂੰ ਭੱਜਦੇ ਵੀ ਨਹੀਂ। ਆਹ ਤਾਂ ਨਹੀਂ ਨਾ ਜੀ ਗੱਲ, ਜਿਹੜੇ ਗੱਜਦੇ ਨੇ ਉਹ ਵਰਦੇ ਨਹੀਂ ਹੁੰਦੇ ਬਾਈ, ਸਹੀ ਗੱਲ ਕਹਿੰਦਾ ਆ। ਆਹੋ ਤਾਂ ਠੀਕ ਆ, ਸਾਡੇ ਬਿਨਾਂ ਚਿੰਤਾ ਕਰ ਬਾਈ, ਇਸ ਤਰ੍ਹਾਂ ਤੈਨੂੰ ਵੋਟਾਂ ਪਾ ਦਾਂਗੇ। ਠੀਕ ਆ, ਉਹ ਤਾਂ ਖਾ ਠੀਕ ਹੈ, ਬਸ ਉਨੀ ਗੱਲ ਕਰਦੇ ਆਪਾਂ ਵੀ ਜਿੰਨੀ ਕੁ ਹੋ ਜਾਂਦੇ ਵੀ ਜਾਣਾ। ਜੇ ਮੈਂ ਤੈਨੂੰ ਹੁਣ ਮੈਂ ਇੱਥੇ ਕਹਿ ਜਾ
ਵੀ ਆ ਜੀ ਤੂੰ ਮਤਲਬ ਘਰੇ ਹੋਏ ਮੈਂ ਤੈਨੂੰ 5000 ਦੇ 10000 ਉਹ ਚੀਜ਼ ਨੀ ਬਾਈ ਮੇਰੇ ਕੋਲੇ ਹੈਗੀ ਨਾ ਨਾ ਕੋਈ ਗੱਲ ਨਹੀਂ ਠੀਕ ਆ ਜੇ ਉਹ ਚੀਜ਼ ਮੰਗਰ ਤੁਸੀਂ ਅੱਜ ਵੀ ਲੱਗਣਾ ਗਾ ਮੈਂ ਅੱਖਾਂ ਮੀਚ ਕੇ ਬਾਈ ਜਿੱਥੇ ਮਰਜ਼ੀ ਪੁੱਟਾ ਮੈਂ ਤੈਨੂੰ ਕੋਈ ਗੱਲ ਨਹੀਂ ਅਮੀਰ ਦੇ ਮੰਗਰ ਤਾਂ ਸਾਰੀ ਲੱਗ ਜਾਂਦੇ ਨੇ ਗਰੀਬ ਦੇ ਮੰਗਰ ਲੱਗੇ ਨਾ ਫੇਰ ਫਾਇਦਾ ਹੁੰਦਾ ਗਾ ਇਹ ਤਾਂ ਹੈ ਕਿਉਂਕਿ ਤੈਨੂੰ ਤਾਂ ਪਤਾ ਰਣਜੀਤ ਆਪਾਂ ਪਹਿਲਾਂ ਕੰਪਾਂ 'ਚ ਵੀ ਇਕੱਠੇ ਕੰਮ ਕਰਦੇ ਰਹੇ ਹਾਂ ਜਿਹੜੀ ਗੱਲ ਆਪਾਂ ਕਹਿੰਦੇ ਸੀ ਉਹ ਪੂਰੀ ਕਰਦੇ ਸੀਗੇ ਸਾਡੇ ਯਾਰ ਹੁਣ ਤੂੰ ਐਂ ਹਿਸਾਬ ਲਾ ਲਾ ਵੀ ਨਹਿਰ ਸਰਪੰਚ ਮੇਰੇ ਦੀ ਗਲੀ ਬਣੀ ਹੋਈ 1984-85 ਦੀ ਮੇਰੇ ਜਨਮ ਤੋਂ ਪਹਿਲਾਂ ਦੀ ਉਦੋਂ ਬਾਅਦ ਕਿਸੇ ਨੇ ਇੱਟ ਨਹੀਂ ਲਾਈ ਲੈ ਨਾ ਗਲੀ ਬਣਾਈ ਆ ਨਾ ਕਿਸੇ ਨੇ ਬਣਾਈ ਆ ਨਾਲੀ ਵੀ ਸਰਪੰਚ ਬਦਲ ਗਏ ਇਹ ਚੀਜ਼ ਨੂੰ ਦੇਖ ਕੇ ਮੈਂ ਖੜਾ ਹੋ ਰਿਹਾ ਵੀ ਯਾਰ ਕਮ ਸੇ ਕਮ ਪਿੰਡ ਦੀ ਸਫਾਈ ਤਾਂ ਕਰਾ ਲਓ ਉਹੀ ਤਾਂ ਗੱਲ ਆ ਡੱਕੇ ਨਹੀਂ ਤੋੜਦੇ ਬਾਈ ਟੋਬੇ ਤੇ ਗਾਲੇ ਹੋ ਜਾਂਦੇ ਆ ਜਾ ਕੇ ਯਾਰ ਕੱਲੀਆਂ ਗਲੀਆਂ ਨਾਲੀਆਂ ਜੋਗੇ ਰੱਖ ਰੱਖਿਆ ਇਹਨਾਂ ਨੇ ਬਈ ਆਟੇ 'ਚ ਨੂਨ ਤਾਂ ਪੈ ਜਾਂਦਾ ਇਹ ਗੱਲ ਨਹੀਂ ਹੈਗੀ ਵੀ ਨੂਨ 'ਚ ਸਾਰਾ ਆਟਾ ਪਾ ਦਈਏ ਉਹੀ ਗੱਲ ਆ ਨਾ ਚੱਲ ਕੋਈ ਗੱਲ ਨਹੀਂ ਬਾਈ ਤੇਰੇ ਨਾਲ ਆ ਕੋਈ ਚਿੰਤਾ ਨਾ ਕਰ ਕਿਸੇ ਗੱਲ ਦੀ ਹਾਂ ਬਾਈ ਬਣ ਸਾਡੇ ਵੋਟਾਂ ਤੇ ਇਹਨੂੰ ਪਾਉਣੀਆਂ ਪਾਉਣੀਆਂ ਯਾਰ ਸਾਡਾ ਤਾਂ ਇਹ ਇਰਾਦਾ ਸੀਗਾ ਵੀ ਬੱਲਾ ਵੀ ਸਾਡੇ ਚਾਚੇ ਤਾਏ ਦਾ ਮੁੰਡਾ ਸਾਡੇ 4 ਵੋਟਾਂ ਨੇ 2 ਸੀ ਉਹਨੂੰ ਪਾ ਦਾਂਗੇ 2 ਤੈਨੂੰ ਪਾ ਦਾਂਗੇ ਅਸਲ ਤੈਨੂੰ ਮੈਂ ਸਹੀ ਦਿਲ ਦੀ ਗੱਲ ਦੱਸਾਂ ਆਇਆ ਮੈਂ ਮਤਲਬ ਵਿੱਚ ਝਿਕ ਗਈ ਆ ਨਾ ਨਾ ਕੋਈ ਗੱਲ ਨਹੀਂ ਯਾਰ ਉਹਦੇ ਘਰ ਦਾ ਮੁੰਡਾ ਖੜਾ ਹੋ ਰਿਹਾ ਯਾਰ ਖਾਬ ਨਹੀਂ ਪਾਉਣਗੇ ਕਣਾ ਬਸ ਵੀ ਤੇ ਆਪਣੀ ਸੋਚ ਤੇ ਚੱਲੀ ਯਾਰ ਕੋਈ ਨਾ ਮਸ਼ੀਨ ਨੂੰ ਕਿਹੜਾ ਦਿਆ ਹਾਂ ਠੀਕ ਆ ਬਾਈ ਆਹੋ ਕੋਈ ਗੱਲ ਨਹੀਂ ਚਾਹ ਬਣਵਾ ਨਾ ਚਾਹ ਬਸ ਬਾਈ ਤੁਹਾਨੂੰ ਬਾਕੀ ਤੂੰ ਚਿੰਤਾ ਨਾ ਕਰ ਕੋਈ ਗੱਲ ਨਹੀਂ ਕਿਸੇ ਗੱਲ ਦੀ ਠੀਕ ਆ ਠੀਕ ਮੈਂ ਤਾਂ ਮੇਰੇ ਚਾਚੇ ਨੂੰ ਵੀ ਕਹਿ ਕੇ ਹਟਾ ਇਹ ਗੱਲ ਮੈਂ ਆਖਿਆ ਜੇ ਕੋਈ ਪੈਸਾ ਟਕਾ ਦੇ ਕੇ ਕੋਈ ਤੈਨੂੰ ਕਹਿੰਦਾ ਵੀ ਵੋਟ ਮੈਨੂੰ ਪਾਉਣੀ ਆ ਠੀਕ ਆ ਆਪਦੀ ਕੀਮਤ ਆਪਾਂ ਬੋਤਲ ਸ਼ਰਾਬ ਦੀ ਨਹੀਂ ਰੱਖਣੀ ਹਾਂ ਸਹੀ ਗੱਲ ਹੈ ਕਿ ਨਾ ਆਪਾਂ ਨੂੰ ਪੈਸਾ ਤੱਕ ਮਤਲਬ ਨਹੀਂ ਹੈਗਾ ਮੈਂ ਤਾਂ ਹੁਣ ਬਾਈ ਪਿੰਡ 'ਚ ਜਿਹਦੇ ਘਰੇ ਵੀ ਆ ਨਾ 3-4 ਵਿਹੜੇ ਨੇ ਆਪਣੇ ਸਾਰੇ ਵਿਹੜਿਆਂ 'ਚ ਮੈਂ ਘਰ ਘਰ ਜਾ ਕੇ ਆਉਣਾ ਹਰ ਇੱਕ ਬੰਦੇ ਨਾਲ ਦਾ ਵੀ 20-20 ਜਣੇ ਫਿਰਦੇ ਨੇ ਕਿਉਂ ਫਿਰਦੇ ਨੇ ਹਰ ਇੱਕ ਨੂੰ ਕੋਈ ਦਾਰੂ ਪੈਂਦਾ ਕੋਈ ਕੁਛ ਕਰਦਾ ਇਹ ਚੀਜ਼ਾਂ ਮਾਰੇ ਹੁਣ 2 ਮਹੀਨੇ ਪਿਆ ਦੇਣਗੇ ਬਾਈ ਆਪਾਂ ਹਿਸਾਬ ਕਹਿਣੇ ਵੀ ਜਿਹਨੇ ਮੇਰੇ ਨਾਲ ਤੁਰਨਾ ਯਾਰ ਵੀ ਇਮਾਨਦਾਰੀ ਤੇ ਤੁਰੋ ਠੀਕ ਆ ਕੱਲ ਨੂੰ ਜੇ ਕਹਿਣਗੇ ਖੜਾਂਗੇ ਵੀ ਅਗਣੇ ਆ ਬਾਈ ਚਲੋ ਕੋਈ ਗੱਲ ਨਹੀਂ ਬਾਈ ਤੇਰੀ ਫੁੱਲ ਸਪੋਰਟ ਕਰਾਂਗੇ ਹਾਂ ਠੀਕ ਆ ਠੀਕ ਤੂੰ ਚਿੰਤਾ ਨਾ ਕਰ ਠੀਕ ਆ ਬਾਈ ਫਿਰ ਹਾਂ ਠੀਕ ਹੈ ਜੀ ਚੰਗਾ ਬਾਈ ਚੰਗਾ ਬਾਈ ਚੱਲ ਕੋਈ ਗੱਲ ਨਹੀਂ ਜੀ ਵਿਚਾਰੇ ਨੂੰ ਪਾ ਦਾਂਗੇ ਵੋਟਾਂ ਨਾ ਪਾ ਦਾਂਗੇ ਵੋਟਾਂ ਤੇ ਕੀ ਗੱਲ ਪਾ ਦਾਂਗੇ ਚੱਲ ਤੁਸੀਂ ਬੈਠੋ ਨਾ ਹੁਣ ਤੁਸੀਂ ਇਹਨਾਂ ਬੂਟੇ ਕੋਲੇ ਜਾ ਕੇ ਦਵਾਈ ਚੱਕ ਲਿਓ ਤੇ ਉਹਨਾਂ ਦੇ ਬੱਲਾ ਤੇ ਮਾਰ ਦਿਓ ਜਾਣਾ ਮੈਂ ਲੈ ਕੇ ਆਉਣਾ ਮੈਂ ਵੀ ਕੱਪੜੇ ਜੇ ਕੱਢਦਾ ਜੇ ਚਾਚਾ ਆਇਆ ਤਾਂ ਚਾਚੇ ਨੂੰ ਭੇਜ ਦੀ ਖੇਤ ਮੇਰੇ ਕੋਲੇ ਲਿਆਉਣਾ ਮੈਂ ਚਾਕੇ ਸਪਰੇ ਜਵਾਗ ਜਾਂ ਖੇਤ ਨਾ ਵਗ ਗਿਆ ਹੋਵੇ ਨਾ ਦਿੰਦੇ ਨਹੀਂ ਘਰੇ ਦਵਾਈ ਤੋਂ ਹੋਰ ਮਗਾਵਾਂ ਵਧੀਆ ਆ ਗਏ ਚਾਚਾ ਜੀ ਤੁਸੀਂ ਆ ਗਏ ਭਾਈ ਧੋਤੇ ਭਾਈ ਮੇਰੇ ਵੀ ਕੱਪੜੇ ਹਾਂ ਧੋਤੇ ਪੈਣੇ ਵਾਸਤੇ ਮੈਂ ਸੁੱਕਣੇ ਲਾਉਣੀ ਆ ਉਹ ਸੰਦੀਪ ਆ ਗਿਆ ਸੀ ਉੱਥੇ 10 ਮਿੰਟ ਲੱਗ ਗਏ ਮੈਨੂੰ ਜਿਹਨੂੰ ਕੋਟਾ ਕਹਿੰਦੇ ਨੇ ਹਾਂ ਹਾਂ ਉਹ ਸਰਪੰਚੀ ਚੁੱਠੂਗਾ ਵੋਟਾਂ ਵਾਸਤੇ ਆਇਆ ਸੀ ਇਹਨੇ ਕਿਧਰੋਂ ਪੰਗਾ ਲੈ ਲਿਆ ਸਾਰੇ ਨੇ ਚੱਲ ਚਾਚਾ ਆਪਾਂ ਕੀ ਕਹਿ ਸਕਦੇ ਜਿਵੇਂ ਅਗਲੇ ਨੂੰ ਚੰਗਾ ਲੱਗਦਾ ਬੰਦਾ ਤਾਂ ਨਰਮ ਆ ਹਾਂ ਹਾਂ ਉਹ ਤਾਂ ਬੰਦਾ ਨਰਮ ਆ ਹੁਣ ਆਏ ਆ ਦੇਖੋ 3-4 ਦੇ ਫੋਨ ਆ ਗਏ ਰਣਜੀਤ ਕੋਲੇ ਮੈਨੂੰ ਉਹਨਾਂ ਨੇ ਗੱਲਾਂ 'ਚ ਦਮ ਨਹੀਂ ਲੱਗਿਆ ਇਸ ਬੰਦੇ ਦੀ ਗੱਲ 'ਚ ਪੂਰਾ ਦਮ ਆਗਾ ਕਹਿੰਦਾ ਨਾ ਤਾਂ ਮੈਂ ਪਿਆਵਾਂ ਕਿਸੇ ਨੂੰ ਦਾਰੂ ਤੇ ਨਾ ਦੇਵਾਂ ਪੈਸਾ ਫਿਰ ਦਾਰੂ ਬਣਾਣੀ ਜਿੰਦਾ ਆਪਣੇ ਦਾ ਲੋਕ ਵੀ ਹਰਾਮੀ ਨੇ ਨਾਲ ਦਾ ਦਾਰੂ ਪੀਂਦੇ ਨਾਲ ਵੋਟ ਨਹੀਂ ਪਾਉਂਦੇ ਤਾਂ ਬਾਲੇ ਉਹ ਐਵੇਂ ਹੀ ਲੱਗਦਾ ਚਾਚਾ ਖਾਂਦੇ ਕਿਤੇ ਹੋਰ ਨੇ ਜਾਂਦੇ ਕਿਤੇ ਹੋਰ ਨੇ ਗੱਲ ਤਾਂ ਇਹੀ ਹੈ ਮੁੰਡਾ ਲੱਗਦਾ ਨਹੀਂ ਜੇ ਬਿੰਦ ਦਾਰੂ ਨਾ ਪੀਂਦੀ ਜਿੱਤ ਜੂ ਇਹ ਨਾ ਨਾ ਜਿੱਤ ਜੂ ਪਤਾ ਹੀ ਨਹੀਂ ਹੁੰਦਾ ਜੇ ਗਰੀਬ ਬੰਦੇ ਮੰਗਰ ਲੱਗ ਜਾਣਾ ਨਾ ਪਤੀ ਨਹੀਂ ਹੁੰਦਾ ਤਾਂ ਕਿੱਦਾਂ ਲੱਗ ਜਾਂਦਾ ਜਿੱਤੇ ਜੇ ਨਰਮ ਹੈ ਚੰਗਾ ਬੰਦਾ ਹਾਂ ਹਾਂ ਚੱਲ ਆ ਦੇ ਭਾਈ ਸੁੱਕਣੇ ਕੱਪੜੇ ਹੋਰ ਤਾਂ ਪੂਏ ਚੰਗਾ ਲੱਗਦਾ ਲੈ ਕਹਿੰਦਾ ਪੂਏ ਤੋਂ ਬਗੈਰ ਵੋਟੇ ਨਹੀਂ ਪੈਂਦੀਆਂ ਤੁਸੀਂ ਚਾਹ ਪੀ ਕੇ ਨੀ ਜਾਂਦੇ ਫਿਰ ਚਾਹ ਤਾਂ ਬਸ ਮੈਂ ਰੋਟੀ ਖਾਧੀ ਸੀ ਉਹਨਾਂ ਚਾਚੇ ਨੂੰ ਦੇ ਕੇ ਭੇਜ ਦੇ ਉਹਨੂੰ ਠਾਹ ਦੇਣਾ ਤਾਂ ਪਸ਼ੂਆਂ ਨੂੰ ਪਾਣੀ ਪੂਣੀ ਪਿਆ ਦੂਗਾ ਸ਼ਾਮੇ ਬੰਨ ਦੂਗਾ ਮੈਂ ਠਾਉਣੀ ਆ ਜੇ ਉੱਠੂਗਾ ਤੇ ਹੁਣ ਸਬਜ਼ੀ ਤੇ ਸਪਰੇਅ ਕਰਕੇ ਆਉਣਾ ਤੁਸੀਂ ਹਾਂ ਮੈਂ ਸਪਰੇਅ ਹੀ ਕਰਕੇ ਆਉਣਾ ਚਲ ਤੁਸੀਂ ਕਰਿਓ ਤੇ ਮੈਂ ਤਾਂ ਤੁਹਾਨੂੰ ਐ ਕਹਿੰਦੀ ਸੀ ਜੇ ਟਾਈਮ ਨਾਲ ਆ ਗਏ ਤੁਸੀਂ ਆਪਾਂ ਭੱਜ ਕੇ ਪਿੰਡ ਨਾ ਜਾ ਆਈਏ ਪਿੰਡ ਹੁਣ ਕੀ ਕਰਾਂਗੇ 15 ਦਿਨ ਤਾਂ ਹੋ ਗਿਆ ਜਾ ਕੇ ਆਇਆ ਨੂਰ ਦਾ ਬਰਥਡੇ ਹੋਇਆ 10 ਦਿਨਾਂ ਤੋਂ ਬਾਅਦ ਚੱਲਾਂਗੇ
ਚੱਲ ਕੋਈ ਗੱਲ ਨੀ ਫਿਰ ਚੱਲ ਮੈਂ ਠਾਉਣੀ ਆ, ਤੁਸੀਂ ਜਾਇਓ। ਠੀਕ ਹੈ ਜੀ, ਠੀਕ ਹੈ, ਭੇਜ ਦੂੰਗੀ ਭੇਜ ਦੂੰਗੀ। ਚਾਚਾ ਚਾਚਾ ਖੜਾ ਹੋ ਜਾ, ਆਪਾਂ ਫੋਨ ਕਰਦੇ, ਧੁੱਪੇ ਸਮੇਂ ਉਹ ਖੇਤ ਗਿਆ ਹੈਗਾ। ਪਾ ਜਾਂਦੇ ਭਾਈ, ਮੈਨੂੰ ਮੇਰਾ ਸਿਰ ਦੁਖੀ ਜਾਂਦਾ ਹੈ। ਸਿਰ ਦੁਖੀ ਜਾਂਦਾ ਆ ਨਾ, ਤੈਨੂੰ ਸ਼ਰਮ ਆਉਣੀ ਚਾਹੀਦੀ ਆ। ਪੱਖਾ ਕੋ ਬੰਦ ਕਰਤਾ ਸਾਰੀਏ, ਲਾਉਣ ਸਾਰਾ ਦਿਨ ਚੱਲੀ ਹੋਗਾ। ਤੈਨੂੰ ਪਤਾ 11 ਵਜੇ ਪਏ ਨੇ, ਹਲੇ ਟਾਈਮ ਨਹੀਂ ਹੋਇਆ ਉੱਠਣ ਦਾ। ਰਾਤ ਨੂੰ ਅੱਧੀ ਰਾਤ ਛੱਡ ਕੇ ਗਏ ਨੇ, ਮਾੜੀ ਮੋਟੀ ਸ਼ਰਮ ਮੰਨਿਆ ਕਰ ਚਾਚਾ, ਸਿਆਣਾ ਬੇਣਾ ਹੋ ਰਿਹਾਗਾ। ਉਹ ਗੱਲ ਹੋਣੀ ਤੇਰੀ, ਤਾਂ ਕਿ ਬੀਬੀ ਤਾਂ ਅੱਗੀ ਮਾਰਨੀ ਸੀ, ਬੀਬੀ ਦੇ ਗੋਦੀ ਮੁੰਡਾ ਗਾ, ਹੁਣ ਤਾਂ ਤੈਨੂੰ ਫ੍ਰੀ ਦੀ ਮਿਲਦੀ ਆ। ਉਹ ਤਾਂ ਪਹਿਲੀ ਬੋਤਲ ਬੋਤਲ ਘੜੀਸ ਜਾਂਦਾ ਸੀ। ਉਹ ਵੋਟਾਂ ਨੇ ਭਾਈ, ਹੁਣ ਜੇ ਹੁਣ ਨਹੀਂ ਪੀਵਾਂਗੇ ਫੇਰ ਕਦੋਂ ਪੀਵਾਂਗੇ? ਹੋਰ ਨਾ ਆ ਖੱਟ ਲੱਭ, ਬੇਇੱਜ਼ਤੀ ਨਾ ਮੰਨਿਓ, ਵੀ ਬਸ਼ਰਮੀ ਆਉਂਦੀ ਆ ਨਾ। ਰਾਤ ਤੂੰ ਥੱਲੇ ਡਿੱਗ ਗਿਆ ਮੰਜੇ ਤੋਂ, ਤੈਨੂੰ ਮਾੜੀ ਮੋਟੀ ਸ਼ੁਰਤ ਹੈਗੀ ਆ, ਮਸਾਂ ਚੱਕ ਕੇ ਪਾਇਆ ਸੀ। ਉਹ ਚੱਲ ਭਾਈ, ਤੂੰ ਮੈਨੂੰ ਲੱਸੀ ਦੀ ਪੁੱਟ ਲਿਆ ਕੇ ਦੇ, ਮੇਰਾ ਸਿਰ ਦੁਖੀ ਜਾਂਦਾ। ਧਾਰਦਾ ਇੱਥੇ ਲੱਸਾ। ਲੱਸੀ ਹੈ ਨਹੀਂ ਗੀ? ਹੈ ਨਹੀਂ ਗੀ ਲੱਸੀ? ਚੰਗਾ 10 ਰੁਪਏ ਲੈ ਜਾ, ਕਿ ਸੁਮਾਨ ਨੇ ਨਾ ਗੋਲੀ ਵਾਲਾ ਪੱਤਾ ਲੈ ਕੇ ਦੇ ਇੱਕ ਮੈਨੂੰ। ਨਾ ਮੈਂ ਸੋਹਣੀ ਲੱਗਦੀ ਆ, ਤੂੰ ਖੜਾ ਹੋ ਜਾ, ਆਪ ਹੀ ਪੀਏ ਪੱਤੇ ਜਾ ਕੇ, ਨਾਲੇ ਪਸ਼ੂਆਂ ਨੂੰ ਸਾਂਭ, ਮੈਂ ਇੱਥੋਂ ਨਹੀਂ ਇੰਨਾ ਹੁੰਦਾ ਸਾਡਾ ਗੋਲਾ ਧੰਦਾ। ਇੱਧਰ ਕਿੱਧਰ ਚੱਲ ਪਿਆ ਚਾਚਾ ਤੂੰ, ਹੁਣ ਪਾਣੀ ਪਿਆ ਦੇ ਪਹਿਲਾਂ। ਉਹ ਪਿਆ ਦਾ ਨਾ ਭਾਈ, ਮੈਂ ਤਾਂ ਇਨੋ ਪੀ ਕੇ ਆਉਣਾ ਪਹਿਲਾਂ। ਮੈਂ ਠੀਕ ਆਉਂਦਾ ਹੈ ਇਨੋ। ਲੈ ਯਾਰ ਪਹਿਲਾਂ ਮੂੰਹ ਧੋਰੀ, ਹੋਰ ਧੋਰੀ, ਹਜੇ ਧੋਰੋ ਮਾਰੀ, ਪਾਣੀ ਪਾਣੀ ਪਿਆ ਦੇ ਘੁੱਟ। ਲੱਸੀ ਦੱਸਿਆ ਕਿ ਲੱਸੀ ਹੈ ਹੀ ਨਹੀਂ। ਨਾ ਚਾਚਾ ਉਰਾ ਪਰਾਂ ਹੋ ਜਾ ਕਰ ਤੂੰ, ਵਿਚਾਰੀ ਡੋਲਤਾ। ਕੀ ਹੋ ਗਿਆ ਭਾਈ? ਸੁੱਕ ਜੂ, ਗਰਮੀ ਐ। ਸੁੱਕ ਜੂਗਾ, ਹੋਰ ਇੰਨਾ ਮਿੱਠਾ ਲੋ ਜੀ ਕਰਦਾ ਉੱਥੇ ਡੋਲ ਦਿੰਦਾ ਗਾ। ਲੈ ਯਾਰ ਨਿੰਬੂ ਨੂੰ ਭੁੱਬੀ ਨਿਚੋੜ ਕੇ, ਫੇਰ ਮਾੜਾ ਸਰੀਰ ਸੈੱਟ ਹੋਊਗਾ। ਆਮਣਾ ਆਮਣਾ, ਕੀ ਹੋ ਗਿਆ ਚਾਚਾ? ਆਪਾਂ ਇੱਥੇ ਨਿੰਬੂ ਨੂੰ ਬਹੁਤ ਦਹੀਂ ਮੜਾ ਮੈਂ ਨਿਚੋੜ ਕੇ ਪੀਵਾਂ, ਮੜਾ ਜਾਂ ਸਿਰ ਜਾ। ਇਹਦੇ ਨਿੰਬੂਆਂ ਨੇ ਮਾਰੇ, ਨਾਲੇ ਕਰਦ ਲਿਆ ਦਿਓ। ਆ ਲੈ ਫੜ, ਮੈਂ ਦੇਖ ਕੇ ਦੇ ਦਿੰਦੀ ਹਾਂ, ਕਰਦ। ਮੈਂ ਚਾਹ ਕਰਨੀ ਆ, ਉਹਨੂੰ ਫੜਾਉਣੀ ਆ ਜਾ ਕੇ, ਵਿਚਾਰਾ ਉਹ ਖੇਤ ਡਿੱਕੀ ਜਾਂਦਾ ਹੁਣ। ਚਾਹ ਬਣਾ ਦਿਓ ਤੁਸੀਂ, ਮੈਂ ਲੈ ਜੂ ਖੇਤ। ਆ ਲੈ ਫੜ ਚਾਚਾ, ਠੀਕ ਹੈ ਨਾ, ਮੈਂ ਚਾਹ 'ਚ ਦੁੱਧ ਪਾ ਲਾਂ ਅਤੇ ਲੈ ਜਾ ਖੇਤ। ਕੋਈ ਨਾ ਭਾਈ, ਓਕੇ। ਤੇ ਜ਼ਿਆਦਾ ਕਹੀ ਸਲਾਮ ਸੀ, ਸੜੀ ਹੋਈ ਹਰਿਆਣੇ ਵਾਲੀ ਗੋਲੀਆਂ ਪਾਉਂਦੇ ਨੇ ਮੇਰੇ ਸਾਲੇ ਵੱਲ ਦਾ। ਇਹ ਇੰਜਾਂ ਤਾਂ ਐਂ ਨਹੀਂ ਹੈਗਾ ਵੀ ਅੰਗਰੇਜ਼ੀ ਕਹਿ ਦਈਏ, ਸੜੀ ਹੋਈ ਸ਼ਰਾਬ ਪਿਆ ਵੀ ਪੰਜ ਹਜ਼ਾਰ ਦਾ ਪਾਣੀ ਮਾੜਾ ਮੋਟਾ ਹੀ ਵੱਲ ਦਾ। ਜਿਹੜੀ ਰਾਤ ਬੱਲਾ ਫੜਾ ਕੇ ਕਹਿ ਦਈ ਯਾਰ, ਇਹਨਾਂ ਦਾ ਸਿਰ ਫੜ ਲਿਆ, ਗੋਲੀਆਂ ਪਾਈਆਂ ਹੋਈ ਸੀ ਹਰਿਆਣੇ ਵਾਲੀ ਸੀ। ਪੰਮੇ ਕਿਸੇ ਤੋਂ ਫੜਾ ਕੇ ਨਹੀਂ ਗਏ ਕਹਿੰਦੇ ਪੰਮਾ ਨਾਲ ਕਹਿੰਦਾ ਸੀ। ਆਪਾਂ ਇੱਕ ਪਾਣੀ ਦਾ ਗਲਾਸ ਹੈ ਕਿੱਥੋਂ ਬਦਲੇ ਲੈ ਰੱਖੇ ਨੇ। ਲੈ ਫੜ ਚਾਚਾ, ਠੀਕ ਹੈ ਨਾ, ਕਿਹੜਾ ਚਾਹ ਲੈ ਜਾ। ਉਹ ਬਾਹ ਜਾਣਾ ਭਾਈ, ਪਾਤੀ ਕਿਹੜਾ, ਆਪਦਾ ਸਰੀਰ ਦਾ ਸੈੱਟ ਕਰ ਦਈਏ। ਆ ਫੜ, ਕਰ ਦੇ ਭਾਈ, ਹੋਰ ਫੜਾਇਆ ਇਕੱਲਾ ਜਾਣੀ ਆ ਉੱਥੇ। ਚਲੋ ਮੁੰਨਾ, ਹੁਣ ਸੈੱਟ ਹੋਇਆ ਗੱਡੀ। ਚਲੋ ਮੁੰਨਾ, ਹੁਣ ਸਟਾਰਟ ਹੋਈ ਆ ਗੱਡੀ, ਫੜਾ ਕੇ ਆਵਾਂ ਜਵਾਬ ਜੀ ਦੀ ਚਾਹ, ਦੇਖਦਾ ਕੀ ਕਰੀ ਜਾਂਦਾ ਖੇਤ। ਤੂੜੀਆਂ ਤਾਂ ਨਿਬੜ ਗਿਆ ਹੈ ਨਾ, ਬਸ ਇੱਕ ਅੱਧੇ ਦਿਨ ਦਾ ਰਹਿ ਗਿਆ ਕੰਮ, ਕਰਤੇ ਵਾਹਣ ਵਿਹਲੇ ਸਾਰੇ। ਉਹ ਫਿਰਦਾ ਜਵਾਬ ਜਾ ਮਾਰਦਾ ਬੋਲ, ਸ਼ਾਮੇ ਪੀ ਲੂ ਚਾਹ ਕੇ। ਕਰਤੀ ਸਪਰੇਅ ਰਹੀ ਤੋਏ,
ਰਣਜੀਤ ਹਾਂ ਆਇਆ ਚਾਹ ਪੀ ਲੈ ਪੀਨਾ ਆ ਗਿਆ ਹਵਾ ਤਾਂ ਵਧੀਆ ਚੱਲਦੀ ਆ ਖੇਤ ਚੱਲ ਬੱਕਾ ਯਾਰ ਆ ਕੇ ਪੈ ਰਹੇ ਉੱਥੇ ਲਾ ਕੇ ਬੱਕਾ ਲੈ ਗਈ ਤੇਰੀ ਓਏ ਆਹੋ 11 ਵੱਜ ਗਏ ਉਹਨੇ ਆਮਣੇ ਠਾਇਆ ਮੈਂ ਤਾਂ ਪਤਾ ਹੀ ਨਹੀਂ ਲੱਗਾ ਮੇਰਾ ਤਾਂ ਸਿਰ ਦੁਖੀਂਦਾ ਰਾਤ ਰਾਤ ਨੂੰ ਪਤਾ ਨਹੀਂ ਲੱਗਾ ਤਿੰਨ ਚਾਰ ਜਣੇ ਛੱਡ ਕੇ ਗਏ ਹੋਊਗੇ ਅਸੀਂ ਓਏ ਬਸ ਪੁੱਛਣਾ ਬੈਠੇ ਬੈਠੇ ਯਾਰ ਉੱਥੇ ਪਾਰਟੀ 'ਚ ਬੈਠੇ ਰਹੇ ਪੀ ਬੈਠੇ ਰਹੇ ਨਾਲੇ ਹੋਰ ਮਾੜੀ ਮੋਟੀ ਤਾਂ ਸੰਗ ਮੰਨਿਆ ਕਰ ਸਾਹਮਣੇ ਪਤਾ ਕਿੰਨੀ ਬਿਸ਼ਰਮੀ ਹੋਈ ਉਹ ਰਾਮਨ ਰਾਤ ਅਮਨ ਸੌ ਸੌ ਕੋਈ ਬੋਲਦੀ ਸੀਗੀ ਕਰਤੀ ਸਪਰੇ ਸਪਰੇ ਤਾਂ ਕਰਤੀ ਦੋ ਢੋਲੀਆਂ ਸੀ ਕਰਤੀਆਂ ਤਾਂ ਮੈਂ ਤੂੰ ਮਾੜਾ ਮੋਟਾ ਦੇਖਿਆ ਕਰ ਯਾਰ ਐਂ ਥੋੜਾ ਲੋਟਾਂ ਦਾ ਹੁੰਦਾ ਕਪੜਾ ਯਾਰ ਹੋਰ ਮੇਰਾ ਤਾਂ ਸਿਰ ਦੁਖੀ ਜਾਂਦਾ ਸਿਰ ਦੁਖੀ ਜਾਂਦਾ ਨਾਲੇ ਹੋਰ ਹੁਣ ਤਾਂ ਫਿਰੀ ਆ ਹੁਣ ਨਾ ਮਹੀਨਾ ਡੇਢ ਮਹੀਨਾ ਇਹੀ ਕੰਮ ਰਹੂ ਪਸ਼ੂ ਬੰਨਿਆ ਸੀ ਸਾਵੇਂ ਕਿ ਨਾ ਪਸ਼ੂ ਤਾਂ ਬੰਨਣ ਵਾਲੇ ਨੇ ਜਗ ਜਾ ਕੇ ਬੰਨਦਾ ਨਾ ਅੜੇ ਸੀ ਮੈਂ ਕਹਿ ਕੀਤਾ ਤੂੰ ਆਉਣ ਨੂੰ ਬੰਨ ਦੇ ਜਾ ਜਾ ਕੇ ਕਰੀ ਕੋਈ ਮਿਸਤਰੀ ਪੁੱਛ ਲਈ ਕੋਠਾ ਪਾ ਲਾਂਗੇ ਹੁਣ ਇੱਟਾਂ ਪਈਆਂ ਨੇ ਨਾਲੇ ਬਾਹਣ ਵਿਹਲਾ ਹੁਣ ਹਾਂ ਜਾ ਆਉਂ ਮੈਂ ਤਾਰੀ ਮਿਸਤਰੀ ਲਵੇ ਜਾਊਂਗਾ ਜਾ ਆਈ ਹੋਰ ਹੈਨਾ ਹੋਰ ਨਾਲੇ ਹੁਣ ਤਾਂ ਦਿਹਾੜੀ ਵੀ ਬਿੱਲ ਹੋ ਜਾਣਗੇ ਤੂੜੀ ਤਾੜੀਆਂ ਦਾ ਪੈ ਗਿਆ ਹਾਂ ਹੈ ਹੋਰ ਪੁੱਛ ਲਈ ਕਿਸੇ ਨੂੰ ਹੋਰ ਨਾਲੇ ਉਹਨੇ ਸੱਪ ਸਲੂਟੀ ਵੜ ਕੇ ਬਹਿ ਜੂਗਾ ਇੱਟਾਂ ਤਾਂ ਹੁਣ ਤਾਂ ਗਰਮੀਆਂ ਦਾ ਮੌਸਮ ਹੈ ਆਹੋ ਸੱਪ ਵਾਲੇ ਨਿਕਲਦੇ ਨੇ ਗਰਮੀਆਂ 'ਚ ਬੱਲੇ ਦਾ ਨਹੀਂ ਆਇਆ ਕੋਈ ਬੱਲੇ ਦਾ ਤਾਂ ਕੋਈ ਨਹੀਂ ਆਇਆ ਯਾਰ ਅੱਛਾ ਕੀ ਆ ਹਾਂ ਤੂੰ ਪੀਏਗਾ ਜਾ ਨਾ ਨਾ ਮੈਂ ਨਹੀਂ ਪੀਂਦਾ ਮੈਂ ਤਾਂ ਨਿੰਬੂ ਪੀ ਕੇ ਆਇਆ ਹਾਂ ਮੇਰਾ ਸਿਰ ਦੁਖੀ ਜਾਂਦਾ ਨਿੰਬੂ ਤਾਂ ਪੀਣੇ ਆ ਰਾਤ ਨੂੰ ਦਾਰੂ ਪੀਣਾ ਤਾਂ ਹਟਦਾ ਨਹੀਂ ਹੈਗਾ ਹੁਣ ਪੀਰੀ ਪੀਰੀ ਦੀ ਮਿਲਦੀ ਆ ਉਹ ਬਸ ਕੀ ਕਰੀਏ ਹੂੰ ਉਹ ਬਸ ਰਾਤ ਤੈਨੂੰ ਦੱਸਦਾ ਜਾਂਦਾ ਤਿੰਨ ਚਾਰ ਇਕੱਠੇ ਹੋ ਗਏ ਕਿਹਾ ਚੱਲ ਆ ਲਾ ਜਾ ਚੱਲ ਆ ਲਾ ਬੰਦਾ ਪਤਾ ਨਹੀਂ ਲੱਗਾ ਗੋਲੀਆਂ ਪਾਈਆਂ ਇਹਦੇ ਸਿਰ ਦੁਖੀ ਜਾਂਦਾ ਰਾਤ ਪੰਮੇ ਦਾ ਫੋਨ ਆਇਆ ਸੀ ਮੈਨੂੰ ਕੀ ਕਹਿੰਦਾ ਕਹਿੰਦਾ ਵੋਟਾਂ ਪਾਓ ਸਾਨੂੰ ਕਿ ਆ ਕੇ ਜਾਊਂ ਮੈਂ ਘਰੇ ਪੰਮਾ ਵੀ ਆਊਗਾ ਆਹੋ ਮੈਂ ਤਾਂ ਵਰਨਾ ਦੀ ਮੈਂ ਤਾਂ ਕਹਿੰਦਾ ਯਾਰ ਉਹਨੂੰ ਘਰੇ ਨਹੀਂ ਨਹੀਂ ਬੰਦਾ ਬੇਕਾਰ ਆ ਜਮਾ ਜਮਾ ਕੱਟ ਗਿਆ ਬੰਦਾ ਜਮਾ ਪਿਛਲੀ ਗੱਲ ਕੀ ਕਰਤਾ ਉਹਨੇ ਪਿਛਲੀ ਗੱਲ ਕੀ ਕਰਤਾ ਮੈਨੂੰ ਕਹਿੰਦਾ ਕਹਿੰਦਾ ਐ ਕਰੀ ਕਹਿੰਦਾ ਮੈਂ ਟਰੈਕਟਰ ਭੇਜਦਾ ਕਹਿੰਦਾ ਕਰਾ ਦੇ ਕੇ ਹਾਂ ਗਲੀ 'ਚ ਕਹਿੰਦਾ ਕਰਾ ਮਰਵਾ ਲਈ ਕਹਿੰਦਾ ਤੇ ਇੱਟਾਂ ਭੇਜ ਦੂੰਗਾ ਕਹਿੰਦਾ ਤੇ ਕਹਿੰਦਾ ਚਣਿਆ ਦੀ ਕਿੱਡੀ ਗੱਲ ਆ ਤੁਹਾਡੀ ਗਲੀ 'ਚ ਆਉਂਦਾ ਮੈਂ ਤਾਂ ਸਾਰਾ ਦਿਨ ਘਰੇ ਬੈਠਾ ਰਿਹਾ ਝੱਕੀ ਗੋਲੂਆਂ ਵਾਂਗੂ ਆ ਕਿਤੇ ਲੋਕ ਟਾਈਲ ਨਾ ਲਵਾ ਦੇ ਤੈਨੂੰ ਹੋਰ ਉਹ ਤਾਂ ਲੱਕੜ ਦਾ ਮੁੰਡਾ ਹਰੇਕ ਨੂੰ ਦੇ ਜਾਂਦਾ ਉਹ ਉਹੀ ਗੱਲ ਆ ਪਹਿਲਾਂ ਹੀ ਕਰਤਾ ਉਹਨੇ ਗੱਲਾਂ ਹੀ ਨੇ ਪਵਾ ਕੇ ਵੋਟਾਂ ਮੁੜ ਕੇ ਸਾਰ ਨਹੀਂ ਲੈਂਦਾ ਕਿਸੇ ਦੀ ਵਧੀਆ ਬੰਦੇ ਨੂੰ ਪਾਵਾਂਗੇ ਸਵਾਤਾ ਤਾਂ ਫਿਰ ਜੇ ਹੁਣ ਬਣ ਜੇ ਉਹ ਐਗ ਦੀ ਉਹ ਮੈਂਬਰੀ 'ਚ ਨਹੀਂ ਖੜਾ ਹੁੰਦਾ ਜੇ ਮੈਂਬਰੀ 'ਚ ਖੜਾ ਹੋ ਗਿਆ ਨਾ ਮੈਂਬਰੀ 'ਚ ਵੀ ਨਹੀਂ ਜਿੱਦਾਂ ਉਹ ਸਿੰਧੇ ਦਾ ਮੁੰਡਾ ਤਾਂ ਮੱਲਾ ਦਾ ਜਿੱਤ ਜੂਗਾ ਕੋਟਾ ਹਾਂ ਹਾਂ ਇਹ ਨਰਮਾ ਬੰਦਾ ਹੈ ਨਾ ਇਹ ਨਰਮਾ ਬੰਦਾ ਹਾਂ ਇਹ ਨਰਮਾ ਹਾਂ ਗੱਲ ਮੈਨੂੰ ਉਹਦੀ ਵਧੀਆ ਲੱਗੀ ਮੈਨੂੰ ਕਹਿੰਦਾ ਨਾ ਬਈ ਕਿਸੇ ਨੂੰ ਪਿਆਵਾਂ ਦਾਰੂ ਨਾ ਦੇਣ ਨੂੰ ਮੇਰੇ ਕੋਲੇ ਪੈਸਾ ਜੇ ਕਿਸੇ ਨੇ ਵੋਟ ਪਾਉਣੀ ਹੋਈ ਪਾ ਦੂ ਨਹੀਂ ਅਗਲੇ ਦੀ ਮਰਜ਼ੀ ਆ ਕੰਮ ਕਰਾਉਂਗਾ ਗੱਲ ਸਹੀ ਆ ਹੁਣ ਸਿੱਧੂ ਮੂਸੇਵਾਲਾ ਵੀ ਇਹ ਕਹਿੰਦਾ ਸੀ ਹਾਂ ਦੇਖ ਸਿੱਧੂ ਮੂਸੇਵਾਲਾ ਜਦੋਂ ਉੱਠਿਆ ਸਰਪੰਚ ਜੀ ਉਹਨੇ ਨਰੋਲ ਗੱਲ ਕਹੀ ਦੇਖ ਲੈ ਪਿੰਡ ਹਨਾ ਨਾ ਕਿਸੇ ਨੂੰ ਦਾਰੂ ਨਾ ਪੈਸਾ ਨਾ ਭੁੱਕੀ ਨਾ ਕੁਝ ਨਹੀਂ ਹੁੰਦਾ ਵੋਟ ਪਾਉਣੀ ਆ ਪਾ ਦਿਓ ਨਹੀਂ ਅਗਲੇ ਦੀ ਮਰਜ਼ੀ ਲੱਗਦਾ ਲੋਕ ਬੇਕਾਰ ਸੀ ਜਿਹੜੇ ਪਾਈ ਨਹੀਂ ਅੱਜ ਹੁਣ ਜਿੱਤੇ ਆਉਂਦੇ ਉਹਨੂੰ ਕਿਤੇ ਐਮਪੀ ਦੇ ਵੋਟਾਂ 'ਚ ਮਰਦਾ ਥੋੜੀ ਜਿਹਾ ਵਿਚਾਰਾ ਉਹ ਕੰਮ ਦੇ ਕੇ ਨਾ ਕਰਦਾ ਉਹਦੇ ਕੋਲ ਕੋਈ ਪੈਸੇ ਦਾ ਘਾਟਾ ਸੀ ਮਾਨਸਾ ਜ਼ਿਲ੍ਹੇ ਦੀ ਸ਼ਾਨ ਬਣਾਉਂਦਾ ਉਹ ਹਾਂ ਸਮਝ ਗਿਆ ਉਹ ਆਪਣੇ ਲੋਕ ਪਰਖ ਨਹੀਂ ਸਕਦੇ ਬੰਦੇ ਨੂੰ ਉਹੀ ਤਾਂ ਗੱਲ ਹੈ ਮਰਨ ਤੋਂ ਬਾਅਦ ਕੱਲੇ ਭੋਗਾਂ ਦੇ ਇਕੱਠ ਕਰਨ ਜਾਣਦੇ ਆ ਹਾਂ ਬਾਅਦ 'ਚ ਹਾਂ ਬਾਅਦ 'ਚ ਵਰਸੀਆਂ ਬਣਾਈ ਜਾਂਦੇ ਨੇ ਹਨਾ ਪਹਿਲਾਂ ਕੋਈ ਨਿਸ਼ਾਨ ਦਾ ਕਿਸੇ ਨੂੰ ਲਿਆ ਚਲ ਆ ਜੀ ਟਾਈਮ ਜੀ ਨਾਲ ਚੰਗਾ ਆਹੋ ਆਉਣਾ ਕੋਈ ਨਾ ਚੰਗਾ ਮੈਂ ਬੱਟਾਂ ਜੀਆਂ ਕਰਦਾ ਇਹਨਾਂ ਦੀਆਂ ਆਹੋ ਕਰ ਪਾਣੀ ਲਾ ਦਾਂਗੇ ਹੱਥ ਨੇ ਹਾਂ ਆ ਮਿਰਚਾਂ ਜੀ ਵਧੀਆ ਹੋ ਗਿਆ ਉਹ ਤਾਂ ਲੱਗੀਆਂ ਲੱਗਣੇ ਤੇ ਫਲ ਜਦ ਚੱਕ ਲੈ ਹਾਂ ਫਲ ਜਦ ਚੱਕ ਰੱਖਿਆ ਨਾ ਹਾਂ ਆ ਵੀ ਵਧੀਆ ਹੋ ਗਿਆ ਚਲ ਗੰਡੇ ਪੱਟ ਲਈ ਜਾਲ ਘਰੇ ਚਟਣੀ ਬਣਾ ਲਾਂਗੇ ਹੱਥ ਨੇ ਕੋਈ ਨਾ ਪੱਟ ਲਿਆਉਂਗਾ ਚੰਗਾ ਚੰਗਾ ਆਹੋ ਪੱਟ ਲਿਓ ਪਸੂ ਸ਼ਾਮੇ ਬਣ ਜੂ ਤੁਸੀਂ ਆ ਕੇ ਬੰਨਦਾ ਨਾ ਬੰਨਦਾ ਹੋਰ ਕਿਤੇ ਧੁੱਪੇ ਮੱਚੀ ਜਾਣ ਮੈਂ ਸਾਂ ਕੋਈ ਨਾ ਪਾਣੀ ਪਿਆ ਦੀ ਨਾਲੇ ਚੰਗਾ ਚੰਗਾ ਆਹੋ
ਪਰਚੇ ਦਾ ਕੀ ਮਸਲਾ, ਮਰਦਾਂ ਤੇ ਹੀ ਪੈਂਦੇ ਭੈਣ ਦਾ ਗਲ ਜਾ ਖਰਾਬ ਕਰਤਾ ਕਿਤੇ ਵਧੀਆ ਗੱਲ ਆਉਂਦੀ। ਲੈ ਯਾਰ ਪਾਣੀ ਪੈ ਜੀ ਉਹਨੂੰ ਜਾ ਕੇ, ਹੁਣ ਫਿਰ ਚੱਲਾਂਗੇ ਸੱਥ 'ਚ ਘੰਟੇ ਤਾਸ ਖੇਡ ਕੇ ਆਉਣਾ ਰਾਤ ਵਾਲੀ। ਚੱਲ ਤੁਸੀਂ ਖੜੋ ਨਾ, ਕੋਈ ਸਬਜ਼ੀ ਲੈ ਕੇ ਆਓ। ਸਬਜ਼ੀ ਲਿਆਉਣੀ ਬਈ? ਹੋਰ ਮੈਂ ਕਹਿਣਾ ਬਈ ਕਿਲੋ ਮੀਟ ਹੀ ਲਿਆਉਣਾ, ਸਬਜ਼ੀਆਂ ਤੇ ਮੀਟ ਦਾ ਇਕੁਅਲ ਰੇਟ ਹੋ ਰਿਹਾ। ਲੈ ਇੰਨੀ ਤਾਂ ਅੱਗ ਲੱਗੀ ਜਾਂਦੀ ਆ, ਮਾਰ ਲੈ ਮੀਟ ਨੇ ਤੇ 10 ਰੁਪਏ ਸਾਨੂੰ ਤਾਂ ਕਦੇ ਕੱਢ ਕੇ ਨਹੀਂ ਦਿੰਦੇ, ਕਹਿੰਦੇ ਪੈਸੇ ਹੈ ਨੀ ਮੇਰੇ ਕੋਲ, ਮੀਟ ਵਾਲੇ ਕਿੱਥੋਂ ਆ ਜਾਣਗੇ। ਚੱਲ ਲਿਆ ਦੇਣਾ ਸੌਰੀ, ਤੂੰ ਤਾਂ ਉਈ ਗਰਮ ਹੋ ਗਈ ਬਈ। ਲਿਆ ਦੇਣਾ ਸੌਰੀ, ਸਾਰਾ ਦਿਨ ਖਾਣ ਦੀ ਅੱਗ ਲੱਗੀ ਰਹਿੰਦੀ ਆ, ਕੰਮ ਦਾ ਡੱਕਾ ਨਹੀਂ ਤੋੜਨਾ। ਉਹ ਭਾਈ ਉਹਨਾਂ ਦਾ ਪਹਿਲਾਂ ਤਾਂ ਨਹੀਂ ਦੇਣਾ ਪੈਸਾ ਟਕਾ ਕੋਈ। 40 ਰੁਪਏ ਨੇ ਚਾਚਾ ਜੀ, ਉਹ ਦੇ ਆਇਓ। ਚੱਲ ਮੈਂ ਦੇ ਆਉਂ ਭਾਈ। ਲੈ ਨਾਲੇ ਹਜੇ ਕਹਿੰਦੇ ਪੈਸੇ ਨਹੀਂ ਦਿੰਦਾ, ਨਾਲੇ ਦੇਖ ਲੈ ਸਾਰਾ ਪੈਸੇ। ਆ ਜਾ ਚਾਹ ਲਿਆ ਦੇ, ਆਹ ਲਿਆ ਦੇ। ਸਬਜ਼ੀ ਤਾਂ ਤਾਜ਼ੀ ਲੱਗਦੀ ਹੈ ਹਨਾ। ਓਕੇ ਮੈਂ ਦਰਸ਼ਨਾ, ਠੀਕ ਹੈ ਮਿਲਿਆ। ਹੋਰ ਸੁਣਾ? ਠੀਕ ਹੈ ਵਧੀਆ। ਕਾਹਦੀ ਕਾਹਦੀ ਹੈ ਸਬਜ਼ੀ? ਸਬਜ਼ੀ ਸਾਰੀ ਹੈ, ਪੇਠਾ ਵੀ ਲਈ ਬੈਠਾ ਹੈ। ਹਾਂ ਭਰਿੰਡੀ ਵੀ ਹੈ, ਭਰਿੰਡੀ ਤੋਰੀ ਵੀ ਹੈ, ਤੋਰੀ ਚੱਪਣ ਕੱਦੂ, ਹਾਂ ਤਰਾਂ ਵੀ ਨੇ। ਠੀਕ ਹੈ। ਤੇ ਤੋਰੀਆਂ ਕੀ ਰੇਟ ਨੇ? 80 ਰੁਪਏ। 80 ਰੁਪਏ, ਠੀਕ ਹੈ। ਪਾ ਦੇ ਕਿਲੋ ਫਿਰ। ਪਾ ਦਾਂਗੇ। ਪਾ ਫਿਰ। ਹੋਰ ਹੋਰ ਸੁਣਾ ਫਿਰ? ਠੀਕ ਹੈ। ਵੋਟਾਂ ਦਾ ਕੀ ਮਾਹੌਲ ਹੈ ਤੀ? ਮੈਂ ਤੈਨੂੰ ਪਤਾ ਹੀ ਹੈ, ਤੁਹਾਡਾ ਵਾਲਾ ਹੋਰ ਨਹੀਂ ਖੜਾ ਹੋਇਆ ਜਿਹੜਾ ਬੱਲਾ। ਹਾਂ ਹਾਂ ਬੱਲਾ ਖੜਾ ਹੋ ਰਿਹਾ ਹੈ। ਅੱਛਾ ਠੀਕ ਹੈ। ਹੈਂ ਹਾਂ ਹੋਇਆ ਹੈ ਬੱਲਾ ਖੜਾ। ਅੱਛਾ ਅਗੇ ਤਾਂ ਕੋਈ ਖਰਾਬ ਪੂਰੀ ਚੱਲੀ ਜਾਂਦੀ ਹੈ ਨਾ। ਅੱਛਾ ਹੋਰ ਥੋੜੀ ਪੈ ਗਿਆ। ਹੈਂ ਠੀਕ ਹੈ ਮਿਲਿਆ। ਪੂਰੀਆਂ ਦਾ ਤਾਜ਼ਾ ਹੈ ਨਾ, ਮੈਂ ਕਿਹਾ ਨਾਲ ਦੀ ਨਾਲ। ਹੋਰ ਸੁਣਾ? ਵਧੀਆ ਹੈ। ਪਹਿਲਾਂ ਕਿੰਨੇ ਪੈਸੇ ਨੇ ਆਪਣੇ? 50। ਪਹਿਲਾਂ 40 ਰੁਪਏ ਸੀ ਨਾ? 50। 40 ਗਈ ਦੀ ਬਹੂ ਕਹਿੰਦੀ 40। ਹੈਂ 50 ਦੇ ਦੇ। ਲੈ ਉਹ ਕੱਟ ਫਿਰ, ਵੋਟ ਦੇ ਬਾਕੀ ਕੱਟ ਲਾਂਗੇ। ਨਵਾਂ ਕਰ ਲੈ, 80 ਤਾਂ ਆਉਣੀ ਹੋ ਗਈ। ਅੱਛਾ ਹਾਂ 80 ਤੇ 30 ਰਹਿ ਗਈ। 30 ਰਹਿ ਗਏ, ਚੱਲ ਕੋਈ ਗੱਲ ਨਹੀਂ ਫਿਰ ਕਰ ਲੈ। ਚੰਗਾ ਚੰਗਾ ਹੋਰ ਠੀਕ ਹੈ। ਉਹ ਮਿਲਿਆ ਉਹ ਵੋਟਾਂ ਨੂੰ ਪਾਏਗਾ, ਵੋਟਾਂ ਬੱਲੇ ਨੂੰ। ਨਾਲੇ ਕਹਿੰਦੇ ਯਾਰ ਪਿੰਡ 'ਚ ਗੱਲ ਉੱਠੀ ਪਈ ਹੈ। ਕਿਵੇਂ ਵਾ? ਕਹਿੰਦੇ 5 ਲੱਖ ਰੁਪਇਆ ਲੈ ਲਿਆ। ਅੱਛਾ ਜੀ। ਹਾਂ ਕਿਹਦਾ? ਉਹ ਤੋਂ ਪੰਮੇ ਤੋਂ। ਆਹ ਕਦੀ ਕਮਾਲ ਹੋ ਗਈ ਯਾਰ, ਮੈਨੂੰ ਤਾਂ ਪਤਾ ਹੀ ਨਹੀਂ ਸੀ ਯਾਰ। ਉਹ ਪਿੰਡ 'ਚ ਪਤਾ ਲੱਗ ਜੂ, ਕਮਾਲ ਹੋ ਗਈ ਯਾਰ। ਭਾਵੇਂ ਤਾਂ ਕਮਾਲ ਕਰਤੀ ਬੱਲੇ ਨੇ ਤਾਂ ਯਾਰ। ਹੈਂ ਮੈਨੂੰ ਤਾਂ ਤੇਥੋਂ ਪਤਾ ਲੱਗਿਆ ਯਾਰ। ਕੱਢਦੇ ਫਿਰਦੇ ਆ ਵੀ ਬੱਲੇ ਨੂੰ ਵੋਟ ਪਾਇਓ, ਬੱਲੇ ਨੂੰ ਪਾਇਓ। ਕਿਵੇਂ ਚਾਚਾ? ਕੀ ਹਾਲ ਆ ਮਾਰੂ? ਖੜੀ ਖੜੀ। ਹੋਰ ਠੀਕ ਹੈ? ਠੀਕ ਹੈ। ਮੰਡੀ ਆਇਆ ਹੈ? ਆ ਚਾਚਾ ਸਬਜ਼ੀ ਲਿਆ? ਸਬਜ਼ੀ ਚਾਚਾ। ਕਿਵੇਂ ਵੋਟਾਂ ਦਾ ਮਾਹੌਲ ਪਿੰਡ 'ਚ? ਵੋਟਾਂ ਦਾ ਮੈਂ ਤਾਂ ਪੰਮੇ ਵਾਰੀ ਸੁਣੇ ਚਾਚਾ, ਪੰਮੇ ਦੀ ਚਰਚਾ ਸੁਣੀ ਹੈ। ਉਹ ਯਾਰ ਮੈਂ ਆਇਆ ਸੁਣਿਆ ਕਹਿੰਦੇ ਬੱਲਾ ਪੰਮੇ ਤੋਂ 5 ਲੱਖ ਰੁਪਇਆ ਲੈ ਕੇ ਬਹਿ ਗਿਆ। ਤਾਂ ਕੀ ਸੁਣਿਆ ਚਾਚਾ? ਮੈਂ ਤਾਂ ਆਪ ਸੁਣਿਆ ਫੁੱਲ ਚਰਚਾ ਹੋ ਰਹੀ ਹੈ। ਹਾਂ ਹੋਰ ਮੈਨੂੰ ਸਬਜ਼ੀਆਂ ਦੱਸਦਾ ਦਰਸ਼ਨ, ਮੈਂ ਤਾਂ ਉਦੋਂ ਸੁਣਿਆ ਗਾ। ਉਹ ਕਹਿੰਦਾ ਯਾਰ ਤੁਹਾਡੇ ਵਾਲਾ ਬੱਲਾ ਤਾਂ ਬਹਿ ਗਿਆ। ਮੈਂ ਵੀ ਫੁੱਲ 'ਚ ਗੱਲ ਉੱਡ ਰਹੀ ਹੈ, ਪੰਪਾ ਜੀ ਦਾ ਪੰਮਾ ਹੀ ਮਾਰੂਗਾ। ਗੱਲ ਤੇਰੀ ਸਹੀ ਹੈ ਨਾ। ਚੱਲ ਠੀਕ ਹੈ ਚਾਚਾ ਫਿਰ। ਚੰਗਾ ਚਾਹ ਪੀ ਕੇ ਲੈ ਜੀ। ਬਸ 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 ਫੁੱਲ ਕਿਰਪਾ। ਬੜਾ ਯਾਰ ਤੰਦਰ ਨੇ ਹੈ ਇਹ ਕੰਜਰ ਦੇ ਪੁੱਤਾਂ। ਪੁੱਛ ਤਾਂ ਲੈ ਵੀ ਚਾਚਾ ਕਿਵੇਂ ਕਰਨਾ, ਤੂੰ ਸਾਡੇ ਨਾਲ ਸਲਾਹ ਤਾਂ ਕਰ ਲੈਂਦਾ। ਇਹਦਾ ਮਤਲਬ ਜੇ ਆਪਾਂ ਵੋਟਾਂ ਬੱਲੇ ਨੂੰ ਪਾਈਏ ਤਾਂ ਪੰਮੇ ਨੂੰ ਜਾਣਗੀਆਂ,
ਪੰਮੇ ਨਾਲ ਸਾਡੀ ਬਣਦੀ ਨੀ। ਆਹ ਬੀਹੀ ਦੇਖ ਲੈ, ਸਾਰੀ ਕੱਚੀ ਪਈ ਆ, ਉਵੇਂ ਪਈ ਹੈ। ਬੜਾ ਤਪਾਏ ਗੰਜਰ ਨੇ, ਆਉਣ ਦੇ ਮੈਂ ਲਾਊ ਮੇਰੇ ਸਾਲੇ ਦੇ। ਉਹ ਤਾਂ ਮੈਂ ਤੇਰੇ ਕੋਲੇ ਆਈ ਸੀ, ਹੁਣ ਤਾਂ ਮਾਮਨ ਕੋਲੇ ਵੀ ਆਈ ਸੀ, ਤੂੰ ਮੈਨੂੰ ਮਿਲਿਆ ਨੀ। ਹੁਣ ਤਾਂ ਮੈਂ ਦੱਸਤਾ ਸੀ ਬੇਬੇ ਵੀ ਵੋਟਾਂ ਜਿਹੜੀਆਂ ਪਾਉਣੀਆਂ ਨੇ ਆਪਾਂ ਬੱਲੇ ਨੂੰ ਪਾਉਣੀਆਂ ਨੇਗੀਆਂ। ਪਾਏ ਪੁੱਤ ਮੈਂ ਤਾਂ ਹੀ ਆਈਆਂ, ਮੈਂ ਮਿਲਿਆ ਜੀ ਆਮਣਾ ਤਾਂ ਮੈਂ ਗੱਲ ਕਰਕੀ ਸੀ, ਜਿਹੜਾ ਕੋਈ ਤੁਹਾਡਾ ਕੰਮ ਆ ਉਹ ਮੈਂ ਕਰਾਉਣਾ। ਬੇਬੇ ਕੋਈ ਗੱਲ ਨੀ, ਵੋਟਾਂ ਅਸੀਂ ਜ਼ਰੂਰ ਪਾਵਾਂਗੇ, ਇੱਕ ਤਾਂ ਸਾਡੀ ਗਲੀ ਪੱਕੀ ਕਰਵਾ ਦਿਓ ਤੇ ਇੱਕ ਸਾਡੀ ਲਿਫਟ ਵਧਵਾ ਦਿਓ। ਇਹ ਪੁੱਤ ਮੇਰੀ ਜ਼ਿੰਮੇਵਾਰੀ ਹੈ, ਥੋੜੀ ਬੀਜੀ ਪੱਕੀ ਕਰਾਉ ਤੇ ਲਿਫਟ ਵਧਾ ਦੂੰ। ਹੋਈ ਖੜੀ ਆ ਬੀਹੀ ਪੱਕੀ, ਹੋਰ ਵੀ ਕੰਮ ਆ ਬਸ, ਉਹ ਵੀ ਕਰਾਉ। ਹੋ ਗਈ ਬੀਹੀ ਪੱਕੀ ਤਾਂ ਕਿਉਂ, ਕੀ ਹੋ ਗਿਆ ਚਾਚੇ? ਉਹ ਬੱਲਾ ਤਾਂ ਪੰਮੇ ਤੋਂ 5 ਲੱਖ ਰੁਪਇਆ ਲੈ ਕੇ ਬਹਿ ਗਿਆ। ਤੈਨੂੰ ਕੌਣ ਕਹਿੰਦਾ? ਮੈਨੂੰ ਦਰਸ਼ਨ ਕਹਿੰਦਾ ਸਬਜ਼ੀ ਵਾਲਾ, ਨਾਲੇ ਬਾਰੂ ਮਿਲਿਆ ਸੀ ਮੈਨੂੰ ਸੜਕ ਤੇ। ਹਾਂ ਉਹ ਤਾਂ ਕਹਿੰਦਾ 5 ਲੱਖ ਰੁਪਇਆ ਲੈ ਲਿਆ। ਉਹ ਯਾਰ ਅਗਲੀ ਬਣਦੀ ਨਹੀਂ ਹੁੰਦੀ, ਅਗਲਾ ਉਹ ਭਕਾਈ ਮਾਰਦਾ। ਉਹ ਯਾਰ ਸੱਚੀ ਗੱਲ ਆ ਯਾਰ, ਕਮਾਲ ਕਰੀ ਜਾਂਦਾ ਤੂੰ। ਪਰ ਉਹ ਐਵੇਂ ਤਾਂ ਝੂਠ ਬੋਲਦਾ ਵੀ ਨਹੀਂ ਪਰ ਅਗਲਾ। ਉਹ ਉਹੀ ਤਾਂ ਗੱਲ ਹੈ, ਉਹਦਾ 5 ਲੱਖ ਰੁਪਇਆ ਲੈ ਲਿਆ ਬੱਲੇ ਨੇ ਪੰਮੇ ਤੋਂ। ਮੈਂ ਘਰੋਂ ਆਈਆਂ ਹੁਣ, ਤੈਨੂੰ ਪਤਾ ਨਹੀਂ ਉਹੀ ਮਰ ਜਾਂਦਾ, ਉਹ ਵੋਟਾਂ ਪੰਮੇ ਨੂੰ ਪਵਾ ਦੂ ਸਾਰੀਆਂ। ਪੰਮਾ ਇਹਦੀ ਜਿੱਦਾਂ ਨਹੀਂ, ਪੰਮੇ ਨੇ ਪਿਛਲੀ ਗੱਲ ਕੀ ਕਰਤਾ, ਸਾਰਾ ਤਾਂ ਇੱਟਾਂ ਵੇਚ ਕੇ ਖਾ ਗਿਆ ਉਹ ਵੀਹਾਂ ਦੀਆਂ। ਪਰ ਭਾਈ ਆਪਾਂ ਨੂੰ ਪਤਾ, ਮੈਂ ਤਾਂ ਉਹਨਾਂ ਦੇ ਘਰੋਂ ਆਈਆਂ, ਮੈਨੂੰ ਕਹਿੰਦਾ ਵੀ ਤੂੰ ਤਾਂ ਜਾ ਕੇ ਆ। ਆਪਣਾ ਚੰਗੇ ਬੰਦੇ ਨੂੰ ਵੋਟ ਪਾਵਾਂਗੇ ਬਈ, ਸਮਝੇ ਆ? ਜਿਹੜੇ ਇਹ ਦਾਰੂਆਂ ਵੰਡਦੇ ਨੇ, ਆ ਪੈਸੇ ਵੰਡਦੇ ਨੇ, ਇਹ ਕੰਮ ਕੁੰਮ ਨਹੀਂ ਕਰਾਉਂਦੇ, ਤਾਂ ਪਹਿਲਾਂ ਆਪਦਾ ਢਿੱਡ ਭਰਨਗੇ। ਮੈਂ ਤਾਂ ਕੰਮ ਦੀ ਜ਼ਿੰਮੇਵਾਰੀ ਉੱਚੇ ਛੋਟੀ ਲਿਫਟ ਵਧਾ ਦੂੰ, ਛੋਟੀ ਬੀਜੀ ਪੱਕੀ ਕਰਾ ਦੂੰ, ਜਿਹੜਾ ਕੋਈ ਹੋਰ ਕੰਮ ਹੈ ਉਹ ਵੀ ਮੈਂ ਕਰਾਂ। ਤੂੰ ਆ ਸਾਡਾ ਮੁੰਡਾ ਬੈਠਾ ਬੇਰੁਜ਼ਗਾਰ, ਪਹਿਲਾਂ ਇਹਨੂੰ ਨੌਕਰੀ ਲਵਾ ਦੇ, ਲੈ ਪਾ ਦਾਂਗੇ। ਤੇ ਨੌਕਰੀ ਉਸ ਬਾਅਦ ਇਹ ਵੀ ਤਾਂ ਲੋਕ ਹੀ, ਆ ਤੂੰ ਰੈਫਰ ਦਾ ਜਿਹੜਾ ਖੇਤਾਂ ਜੇ ਇੰਨਾ ਪੜ੍ਹਿਆ ਲਿਖਿਆ ਹੋ ਕੇ ਨੌਕਰੀ ਵੀ ਦਵਾਂ। ਕਾਹਨੂੰ ਜਿਹੜੇ ਬੰਦੇ ਸ਼ਰਾਬਾਂ ਦਿੰਦੇ ਨੇ, ਪੈਸੇ ਦਿੰਦੇ ਨੇ, ਉਹ ਪਹਿਲਾਂ ਕਿੱਥੋਂ ਕੰਮ ਕਰਦੇ ਨੇ? ਉਹੀ ਤਾਂ ਗੱਲ ਆ, ਨਾਲੇ ਤਾਂ ਪਾਪ ਦੇਖ ਕੇ ਚੱਲਣਾ ਨਾ ਵੀ ਆਪਾਂ ਆਪਦੀ ਕੀਮਤ ਸ਼ਰਾਬ ਦੀ ਬੋਤਲ ਰੱਖਣੀ ਆ। ਚੱਲ ਕੋਈ ਗੱਲ ਨੀ ਬੇਬੇ, ਜੇ ਤਾਂ ਦੇਖ ਉੱਠਿਆ ਆਪਣਾ ਵੀ ਬੱਲਾ, ਫਿਰ ਤਾਂ ਅਸੀਂ ਵੋਟਾਂ ਪਾਵਾਂਗੇ ਨਹੀਂ, ਅਸੀਂ ਤਾਂ ਸੰਦੀਪ ਨੂੰ ਪਾਵਾਂਗੇ। ਅਸੀਂ ਤਾਂ ਸੰਦੀਪ ਨੂੰ ਪਾਵਾਂਗੇ, ਅਸੀਂ ਨਹੀਂ ਪਾਉਂਦੇ ਉਹਨੂੰ। ਫਿਰ ਪੁੱਤ ਮੈਨੂੰ ਵੀ ਗੁੱਸਾ ਨਹੀਂ, ਜਦੋਂ ਉਹ ਬਹਿ ਗਿਆ ਫਿਰ ਮੈਨੂੰ ਕੋਈ ਗੁੱਸਾ ਨਹੀਂ ਵੀ ਨਹੀਂ ਫਿਰ ਵੋਟਾਂ ਮੇਰੀਆਂ ਪੱਕੀਆਂ ਨੇ। ਬੇਬੇ ਤੂੰ ਆਪ ਵੀ ਹਿਸਾਬ ਲਾ ਨਾ, ਤੂੰ ਪੜਤਾਲ ਕਰ, ਜਿਹੜਾ ਬੰਦਾ ਅੱਜ 5-4 ਲੱਖ ਰੁਪਇਆ ਲੈ ਕੇ ਬਹਿ ਗਿਆ, ਕੱਲ ਨੂੰ ਆਪਣਾ ਕੰਮ ਕਿੱਥੇ ਕਰੂ ਭਲਾ? ਉਹ ਉਸ ਤੋਂ ਮੈਂ ਦੋਨੋਂ ਘਰ ਨਹੀਂ ਆਈ ਸੀ, ਚੱਲ ਕੋਈ ਗੱਲ ਨੀ, ਪਤਾ ਲੈ ਦੂ ਮੈਂ ਜਾ ਕੇ, ਪਤਾ ਕਰੂੰਗੀ, ਫਿਰ ਮੈਂ ਚੁੱਪ ਕਰ ਜੂ ਪੁੱਤ, ਫਿਰ ਮੈਨੂੰ ਕੀ ਲੋੜ ਹੈ ਜ਼ਿੰਮੇਵਾਰੀਆਂ ਲੈਣ ਦੀ? ਉਹੀ ਤਾਂ ਗੱਲ ਹੈ ਬੇਬੇ, ਅੱਜ ਕੱਲ ਲੋਕ ਨਾ ਕਹਿੰਦੇ ਕੁਝ ਹੋਰ ਨੇ, ਕਮਾਉਂਦੇ ਕੁਝ ਹੋਰ ਨੇ। ਹਾਂ ਤੇ ਕੀ ਪਤਾ ਮੈਂ ਉਹਦੇ ਨਾਲ ਸੰਦੀਪ ਆ ਕੇ ਗਿਆ ਕੱਲ ਮੇਰੇ ਕੋਲੇ, ਸਾਡੇ ਮੇਰੇ ਨਾਲ ਪੜਿਆ ਹੁਣ ਸੰਦੀਪ, ਸੰਦੀਪ ਨੇ ਠੋਕ ਵਜਾ ਕੇ ਇਹ ਗੱਲ ਕਹੀ ਆ, ਕਹਿੰਦਾ ਵੀ ਭਾਈ ਨਾ ਤਾਂ ਮੈਂ ਕਿਸੇ ਨੂੰ ਦੇਵਾਂ ਸ਼ਰਾਬ ਦੀ ਬੋਤਲ, ਨਾ ਮੇਰੇ ਕੋਲੇ ਦੇਣ ਨੂੰ ਕਿਸੇ ਨੂੰ ਠਿਆਨੀ ਆ। ਠਿਆਨੀ ਆ ਤੋਰੀਆਂ ਲੈ, ਠੀਕ ਆ ਵੀ ਭਾਈ ਮੈਂ ਤਾਂ ਸਾਫ ਸੁਥਰੀ ਗੱਲ ਕਰਦਾ, ਜੇ ਕਿਸੇ ਨੇ ਕੋਲ ਪਾਉਣੀ ਹੋਈ ਪਾ ਦੂ, ਤੇ ਭਾਈ ਵੀ ਮੇਰੇ ਕੋਲ ਤਾਂ ਦੇਣ ਨੂੰ ਕੱਖ ਨਹੀਂ ਹੈਗਾ, ਹੈ ਕਿ ਨਾ? ਸਹੀ, ਉਹ ਕੰਮ ਵੀ ਕਰੂ, ਉਹ ਨਾਲੇ ਉਹ ਬੰਦਾ ਕੰਮ ਵੀ ਕਰੂ, ਆ ਦੇਖ ਲਓ ਕੰਮ ਵੀ ਕਰੂ। ਹਾਂ ਉਹ ਤਾਂ ਮੈਂ ਸੱਚੀ ਦੱਸ ਗਿਆ ਨਾ। ਹਾਂ ਹਾਂ ਭਾਈ, ਐਂ ਕੀ ਗੱਲ ਹੈਗੀ ਹੈ ਵੀ ਦਾਰੂ ਚੋ ਕੱਢਣਾ? ਇੱਕ ਗੱਲ ਹੈਗੀ ਆ ਬੇਬੇ, ਤੂੰ ਮੇਰੀ ਗੱਲ ਮੰਨ ਲੈ, ਜਿਹੜੇ ਬੰਦੇ ਕੋਲੇ ਪੈਸੇ ਹੁੰਦੇ ਉਹਦੇ ਮਗਰ ਤਾਂ ਲੱਗ ਜਾਂਦਾ ਸਾਰਾ ਪਿੰਡ, ਜਿਹਦੇ ਕੋਲੇ ਕੱਖ ਹੁੰਦਾ ਨਹੀਂ ਉਹਦੇ ਮਗਰ ਨਹੀਂ ਕੋਈ ਲੱਗਦਾ, ਗਰੀਬ ਬੰਦੇ ਮਗਰ ਨਹੀਂ ਕੋਈ ਲੱਗਦਾ। ਠੀਕ ਆ ਪੁੱਤ, ਹਾਂ ਹਰੇਕ ਬੰਦਾ ਰੱਜੇ ਨੂੰ ਰਜਾਉਂਦਾ। ਚੱਲ ਕੋਈ ਨੀ ਪੁੱਤ, ਮੈਂ ਮੁੰਡਾ ਚੱਲ ਆਪਾਂ ਐਂ ਨੀ ਕਹਿੰਦੇ, ਨਵੇਂ ਬੰਦੇ ਨੂੰ ਮੌਕਾ ਦੇਣਾ ਚਾਹੀਦਾ। ਜਿਹੜੇ ਬੰਦਾ ਨੇ 20-20 ਸਾਲ ਸਰਪੰਚੇ ਕਰ ਲਿਆ ਪਿੰਡ ਚ, ਉਹਨਾਂ ਨੇ ਕੀ ਕਰਿਆ? ਲੱਗਾ ਨਹੀਂ ਤੋੜਿਆ ਲੈ, ਪਹਿਲਾਂ ਹੀ ਕਰਦਾ ਯਾਰ ਮੇਰੇ, ਪਹਿਲਾਂ ਹੀ ਕਰਦਾ ਆ ਆਪਣੇ ਪਿੰਡ ਚ ਇੰਨਾ ਮਸਾ ਦੇਖ ਲੈ, ਕਿਥੇ ਨੂੰ ਰੋਕਿਆ ਕੋਈ? ਸਾਰੇ ਜਮਾ ਨਹੀਂ ਰੋਕ, ਖਾਈ ਜਾਂਦੇ ਨੇ ਉਹ। ਮੈਂ ਪੁੱਤ ਨੂੰ ਸਮਾ ਕੇ ਗੱਲ ਕਰ ਲੂ ਭਾਈ, ਜੇ ਤੂੰ ਬਹਿ ਨਾ ਤੇ ਮੈਂ ਨਹੀਂ ਜ਼ਿੰਮੇਵਾਰੀ ਉੜਦੀ, ਕੱਲ ਉਹਨਾਂ ਮੈਨੂੰ ਕਹੂਗਾ ਬਹਿਣਾ। ਤਾਂ ਹੁਣ ਬੇਬੇ ਜਦੋਂ ਪਤਾ ਹੀ ਲੱਗ ਗਿਆ ਆਪਾਂ ਨੂੰ ਵੀ 5 ਲੱਖ ਰੁਪਇਆ, ਹੁਣ ਉਹ ਆਪਦੇ ਮੂੰਹੋਂ ਤਾਂ ਮੰਨਦਾ ਨਹੀਂ ਨਾ ਇਹ ਗੱਲ ਵੀ ਮੈਂ 5 ਲੱਖ ਰੁਪਇਆ ਲੈ ਲਿਆ। ਲੋਕ ਝੂਠ ਤਾਂ ਨਹੀਂ ਬੋਲਦੇ, ਹਾਂ ਲੈਤਾ ਉਹ ਤਾਂ ਹੀ ਆ, ਬਾਰੂ ਮਿਲਿਆ ਸੀ ਮੈਨੂੰ ਬੁਲਾਡੋ ਆਇਆ ਉਹ। ਚੱਲ ਫੇਰ ਪੁੱਤਾ ਭਜ ਹੋਰ ਆ ਜਾਣਾ, 5 ਲੱਖ ਰੁਪਇਆ ਲੈਤਾ ਮੈਂ, ਮੈਂ ਕਿਹੜਾ ਵਿੱਚ ਕੋਈ ਗਾਣੀ ਗਾਣੀ ਸੀ, ਅਸੀਂ ਨਹੀਂ ਪਾਉਂਦੇ ਉਹਨੂੰ ਪੰਮੇ ਨੂੰ ਵੋਟਾਂ। ਚੱਲ ਬੇਬੇ ਤੈਂ ਕੀ ਲੈਣਾ, ਜੇ ਬੈਠ ਗਿਆ ਤੂੰ ਸਮਾਂ ਵੋਟਾਂ ਉਹਨੂੰ ਸੰਦੀਪ ਨੂੰ ਪਵਾਈ, ਗਰੀਬ ਬੰਦਾ ਗਾ ਪੁੰਨਾ ਇਹ ਜੇ ਬੰਦੇ ਦਾ, ਮੈਨੂੰ ਉਹਨੇ ਕਿਹਾ ਸੀ
ਗਰੀਬ ਮਗਰ ਲੱਗਣਾ ਬਾਹਲਾ ਔਖਾ ਹੁੰਦਾ ਗਾ, ਉਹਦੇ ਮਗਰ ਲੱਗ ਕੇ ਦਿਖਾਓ। ਗਰੀਬ ਤਾਂ ਗਰੀਬ ਹੀ ਸੋਚਦਾ ਹੁੰਦਾ, ਤਕੜਾ ਹੀ ਸੋਚਦਾ, ਪਰ ਉਹਦੀ ਗਲਤੀ ਹੈਗੀ। ਪਿੰਡ ਦਾ ਵਿਕਾਸ ਹੋਵੇ ਆਪਾਂ ਤਾਂ ਉਹ ਸੋਚੋ। ਆਪ ਛੱਪਣਾ ਦਾ ਕੋਈ ਵੀ ਬੰਦਾ ਸਰਪੰਚ ਬਣੇ ਪਿੰਡ ਦਾ, ਵੋਟ ਪਾਓ ਆਪਾਂ ਇਹ ਨੀ ਕਹਿੰਦੇ, ਪਰ ਭਰੇ ਬੰਦਾ ਕੰਮ ਕਰੇ, ਕੰਮ ਕਰੇ, ਜਿਹੜੀ ਗੱਲ ਕੰਮ ਕਰੇ। ਆਹ ਗੱਲ ਗਲਤ ਹੈ ਪੁੱਤ, ਵੋਟਾਂ ਲੈ ਕੇ ਮੇਰਾ ਕੰਮ ਨੀ ਕਰਦਾ। ਨਾ ਮੈਂ ਤਾਂ ਮੇਰਾ ਇਹਦੀ ਪੂਰੀ ਜ਼ਿੰਮੇਵਾਰੀ ਲੱਗ ਰਹੀ ਸੀ ਤੇ ਮੈਨੂੰ ਵਿੱਚੋਂ ਗੱਲ ਨਹੀਂ ਪੱਕੀ ਦੱਸੀ। ਮੈਂ ਅੱਜ ਹੀ ਬੰਨਿਆ ਹਾਂ ਬੰਨਿਆ। ਹਾਂ ਫੇਰ ਫੇਰ ਚਾਹ ਬਣਾਵਾ ਨਾ? ਬਸ ਪੁੱਤ ਜਿਉਂਦੀ ਰਹਿ। ਚੰਗਾ ਪੁੱਤ ਫੇਰ ਮੈਂ ਚਲ ਮਾਰ ਆ ਭਾਈ, ਆਹ ਤੋਰੀਆਂ ਜੇ ਹੈ ਧਰਦੇ ਚਾਚਾ ਜੀ। ਮੈਂ ਆ ਤੋਰੀ ਜੀ ਵਿਚਾਲੇ ਡਰ ਗਿਆ ਉਹ। ਸਤਿ ਸ੍ਰੀ ਅਕਾਲ ਜੀ, ਸਾਡੀ ਵੀਡੀਓ ਤੇ ਕਮੈਂਟ ਕਰਨ ਵਾਲੇ ਸਾਰੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਜੀ। ਜਿਨ੍ਹਾਂ ਵੀਰਾਂ ਨੇ ਸਾਡੀ ਪਿਛਲੀ ਵੀਡੀਓ ਤੇ ਕਮੈਂਟ ਕੀਤਾ ਸੀ ਉਹਨਾਂ ਦੇ ਨਾਮ ਅਨਾਉਂਸ ਕਰਨ ਲੱਗੇ ਆ। ਸਾਡਾ ਪੰਜਾਬੀ ਵਿਰਸਾ ਚੈਨਲ, ਮੈਡਮ ਵੀਰਪਾਲ ਕੌਰ, ਨਰਮਲ ਸਿੰਘ ਲਾਲਿਆਂ ਵਾਲੀ ਬੋਰਾਂ ਵਾਲਾ, ਕੁਲਵਿੰਦਰ ਸਿੰਘ, ਰਾਜਵਿੰਦਰ ਕੌਰ ਕੁਧਾਣੀ ਖੁਰਦਾ, ਕ੍ਰਿਸ਼ਨ ਗਿੱਲ, ਜੀਵਨ ਹੇਅਰ ਡਰੈਸਰ, ਵੀਰਵਾਲ ਮਿਸਤਰੀ, ਗੁਰਭੇਜ ਦਿਆਲਗੜ, ਅਰਸ਼ਦੀਪ ਦਿਆਲਗੜ, ਸੁਖਦੀਪ ਕੌਰ ਫਫੜੇ ਭਾਈ ਕੇ, ਰਾਜਦੀਪ ਫਫੜੇ ਭਾਈ ਕੇ, ਸੀ ਵੀ ਸਿੰਘ, ਕੁੱਕੂ ਸਿੰਘ, ਦੀਪ ਹੀਰ ਕੇ, ਨਿੱਕੀ ਸਰੋਏ, ਮਨਪ੍ਰੀਤ ਆਕਲੀਆ, ਸਨੀ ਕੁਮਾਰ, ਸਤਨਾਮ ਸਿੰਘ, ਅਮਰਜੀਤ ਘੁੰਨਸ, ਜਸਪ੍ਰੀਤ ਦਿਆਲਗੜ, ਅਜੈਬ ਪਨੇਸਰ, ਗੱਗੂ ਕਨੇਡਾ, ਗੁਰਸੇਵਕ ਮਾਨ, ਸੇਵਕ ਰਾਠੀ ਕੇ ਬੁਰਜਾ। ਜਿੰਨਾ ਵੀ ਵੀਰਾਂ ਨੇ ਸਾਡੀ ਪਿਛਲੀ ਵੀਡੀਓ ਤੇ ਕਮੈਂਟ ਕੀਤੇ ਸੀ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਜੀ। ਸਾਡੀ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ, ਸ਼ੇਅਰ ਤੇ ਕਮੈਂਟ ਕਰੋ ਔਰ ਸਾਡੇ ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰੋ ਜੀ। ਅਸੀਂ ਬਹੁਤ ਮਿਹਨਤ ਕਰ ਰਹੇ ਹਾਂ, ਕਿਰਪਾ ਕਰਕੇ ਸਾਡੀ ਹੱਥ ਬੰਨ ਕੇ ਬੇਨਤੀ ਆ ਕਿ ਸਾਡੀ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ, ਸ਼ੇਅਰ ਤੇ ਕਮੈਂਟ ਕਰੋ ਔਰ ਸਾਡੇ ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰੋ ਤਾਂ ਕਿ ਅਸੀਂ ਅੱਗੇ ਤੋਂ ਅੱਗੇ ਮਿਹਨਤ ਹੋਰ ਕਰ ਸਕੀਏ। ਧੰਨਵਾਦ ਜੀ।